ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਲਾਸਟ ਵੀਡੀਓ ਬਣਾਈ ਸੀਗੀ ਆਪਣਾ ਡਰਾਈਵਰ ਸੈਲਰੀ ਦੇ ਉੱਤੇ ਕਿ ਇੱਕ ਐਵਰੇਜ ਆਪਣਾ ਜਿਹੜਾ ਟਰੱਕ ਦਾ ਡਰਾਈਵਰ ਆ ਅਮੈਰਿਕ ਐਵਰੇਜ ਕਿੰਨੇ ਕੁ ਪੈਸੇ ਬਣਾ ਲੈਂਦਾ ਮੰਥਲੀ ਜਾਂ ਵੀਕਲੀ ਅਤੇ ਮੈਂ ਉਹ 'ਚ ਕਿਹਾ ਸੀ ਕਿ ਮੈਂ ਨੈਕਸਟ ਵੀਡੀਓ ਜਿਹੜੀ ਬਣਾਉਣੀ ਆ ਆਪਾਂ ਬਣਾਉਣੀ ਆ ਇੱਕ ਓਨਰ ਓਪਰੇਟਰ ਦੀ ਸੈਲਰੀ ਦੇ ਉੱਤੇ ਸੈਲਰੀ ਤਾਂ ਨਹੀਂ ਖੈਰ ਆਪਾਂ ਕਹਿ ਸਕਦੇ ਕਿ ਓਨਰ ਓਪਰੇਟਰ ਦੀ ਇਨਕਮ ਦੇ ਉੱਤੇ ਕਿ ਜਿੱਦਾਂ ਮੇਰੀ ਸਿਚੁਏਸ਼ਨ ਆ ਜਿੱਦਾਂ ਕਿਸੇ ਕੋਲ ਇੱਕ ਟਰੱਕ ਆ ਜਿਹੜਾ ਆਪ ਹੀ ਚਲਾਉਂਦਾ ਟੁੱਟਣ ਦਾ ਟਰੱਕ ਅਤੇ ਸਿੰਗਲ ਟਰੱਕ ਓਪਰੇਸ਼ਨ ਆ ਉਹ ਐਵਰੇਜ ਮਹੀਨੇ ਦੇ ਜਾਂ ਹਫ਼ਤੇ ਦੇ ਤੁਸੀਂ ਲਾ ਲਓ ਕਿ ਕਿੰਨੇ ਕੁ ਪੈਸੇ ਕਮਾ ਲੈਂਦਾ ਆਪਾਂ ਉਸ ਬਾਰੇ ਜਿੰਨੀ ਕੁ ਮੈਨੂੰ ਨੌਲੇਜ ਆ ਜਿਹੜਾ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆ ਮੈਂ ਉਹਦੇ ਬਾਰੇ ਗੱਲ ਕਰ ਸਕਦਾ ਹੁਣ ਹੋ ਸਕਦਾ ਕਈਆਂ ਦਾ ਐਕਸਪੀਰੀਅੰਸ ਡਿਫਰੈਂਟ ਹੋਏ ਕਿਉਂਕਿ ਜਿਹੜੀ ਇੱਕ ਓਨਰ ਓਪਰੇਟਰ ਦੀ ਜਸਟ ਲਾਈਕ ਡਰਾਈਵਰ ਇੱਕ ਓਨਰ ਓਪਰੇਟਰ ਦੀ ਜਿਹੜੀ ਸੈਲਰੀ ਆ ਇਹ ਵੀ ਇਹਦੇ ਵੀ ਕਾਫੀ ਫੈਕਟਰਸ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਕਿਹੜੀ ਮਾਰਕੀਟ 'ਚ ਕੰਮ ਕਰਦੇ ਆ ਅਤੇ ਕਿੰਨੇ ਘੰਟੇ ਕੰਮ ਕਰਦੇ ਹਾਂ ਜਾਂ ਕਿੰਨੇ ਦਿਨ ਘਰੋਂ ਬਾਹਰ ਰਹਿੰਦੇ ਹਾਂ ਅਤੇ ਉਸ ਹਿਸਾਬ ਨਾਲ ਤੁਹਾਡੀ ਇਨਕਮ ਆ ਅਤੇ ਨੋਟ ਓਨਲੀ ਦੈਟ ਕਿ ਤੁਸੀਂ ਕਿੰਨਾ ਕੁ ਸਮਾਰਟ ਕੰਮ ਕਰਦੇ ਹਾਂ ਉਹਦੇ ਉੱਤੇ ਵੀ ਕਾਫੀ ਚੀਜ਼ਾਂ ਡਿਪੈਂਡ ਕਰਦੀਆਂ ਐਂਡ ਇਹਨਾਂ ਸਾਰੀਆਂ ਚੀਜ਼ਾਂ ਤੋਂ ਜ਼ਿਆਦਾ ਆਈ ਥਿੰਕ ਜਿਹੜੀ ਸਭ ਤੋਂ ਜ਼ਿਆਦਾ ਚੀਜ਼ ਡਿਪੈਂਡ ਕਰਦੀ ਆ ਓਨਰ ਓਪਰੇਟਰ ਦੀ ਇਨਕਮ ਦੇ ਉੱਤੇ ਕਿ ਮਾਰਕੀਟ ਕਿੱਦਾਂ ਦੀ ਆ ਜੇ ਤਾਂ ਮਾਰਕੀਟ 'ਚ ਤੇਜ਼ੀ ਆ ਫਿਰ ਤਾਂ ਆਈ ਥਿੰਕ ਵਧੀਆ ਆ ਨਾ ਫਿਰ ਜਿੱਦਾਂ ਉਹ ਡਿਫਰੈਂਟ ਆ ਫਿਰ ਯੂਅਰ ਲਾਈਕ ਜਿੱਦਾਂ ਕਹਿੰਦੇ ਨਾ ਯੂਅਰ ਔਨ ਡਿਫਰੈਂਟ ਲੈਵਲ ਤਾਂ ਜੇ ਮਾਰਕੀਟ ਹੌਟ ਹੁੰਦੀ ਜਦੋਂ ਉਦੋਂ ਟੋਟਲੀ ਡਿਫਰੈਂਟ ਹੁੰਦੀ ਆ ਜੇ ਉਹਨਾਂ ਮਹੀਨਿਆਂ ਦੀ ਐਵਰੇਜ ਲਾਈਏ ਅਤੇ ਜਦੋਂ ਮਾਰਕੀਟ ਸਲੋ ਹੁੰਦੀ ਆ ਜਾਂ ਠੰਡੀ ਪੈ ਜਾਂਦੀ ਆ ਉਹਨਾਂ ਮਹੀਨਿਆਂ 'ਚ ਤੁਹਾਡੀ ਐਵਰੇਜ ਘੱਟ ਵੱਧ ਜਾਂਦੀ ਆ ਅਤੇ ਬਟ ਆਪਾਂ ਚਲੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੈਕਟਰ ਇਨ ਕਰਕੇ ਐਟ ਦੀ ਐਂਡ ਆਫ ਦਾ ਈਅਰ ਜੇ ਤੁਸੀਂ ਐਵਰੇਜ ਕੱਢਦੇ ਆ ਤਾਂ ਇੱਕ ਓਨਰ ਓਪਰੇਟਰ ਕਿੰਨੇ ਕੁ ਪੈਸੇ ਬਣਾ ਲੈਂਦਾ ਆਪਾਂ ਉਸ ਬਾਰੇ ਗੱਲ ਕਰਾਂਗੇ ਅਤੇ ਇਸ ਟਾਈਮ ਮੈਂ ਹੈਗਾ ਜੀ ਅਮੈਰੀਕਾ ਦਾ ਬਹੁਤ ਸੋਹਣਾ ਸ਼ਹਿਰ ਆ ਡੈਲਸ ਜੋ ਕਿ ਟੈਕਸਸ ਜਿਹੜੀ ਇਹਨਾਂ ਦੀ ਸਟੇਟ ਆ ਇਹ ਸਟੇਟ ਪੈਂਦੀ ਹੈ ਜੀ ਅਮੈਰੀਕਾ ਦੇ ਮਿਡ ਸਾਊਥ ਨੂੰ ਇਹ ਇਨਲੈਂਡ ਸਭ ਤੋਂ ਵੱਡੀ ਸਟੇਟ ਆ ਅਮੈਰੀਕਾ ਦੀ ਜਿਹੜੀਆਂ ਇਨਲੈਂਡ 48 ਸਟੇਟਸ ਨੇ ਅਤੇ ਇਹਦੇ ਸਾਊਥ 'ਚ ਮੈਕਸੀਕੋ ਪੈਂਦਾ ਲੇਕਿਨ ਮੈਕਸੀਕੋ ਦਾ ਬਾਰਡਰ ਲੱਗਦਾ ਸਾਊਥ 'ਚ ਅਤੇ ਅੱਧੇ ਕੁ ਸਾਊਥ ਨੂੰ ਗਲਫ ਆਫ ਮੈਕਸੀਕੋ ਜਿਹੜਾ ਕਿ ਸਮੁੰਦਰ ਆ ਉਹ ਪੈਂਦਾ ਨਾ ਅਤੇ ਇਸ ਟਾਈਮ ਆਪਣੇ ਘਰ ਤੋਂ 1650 ਮੀਲਾਂ ਦੂਰ ਆ ਮੈਂ ਸੰਡੇ ਨੂੰ ਚੱਲਿਆ ਸੀ ਘਰੋਂ ਅੱਜ ਵੈਨਸਡੇ ਆ ਇਹ ਅੱਜ ਟਿਊਜ਼ਡੇ ਆ ਸੋਰੀ ਅੱਜ ਟਿਊਜ਼ਡੇ ਆ ਅਤੇ ਅੱਜ ਆਪਾਂ ਇੱਥੇ ਲੋਡ ਲਾ ਤਾ ਮੇਰੇ ਕੋਲ ਲੋਡ ਸੀਗਾ ਵਾਲਮਾਰਟ ਦਾ ਅਤੇ ਮੇਰਾ ਸਕੈਜੂਲ ਐਕਚੁਲੀ ਡਿਲੀਵਰੀ ਟਾਈਮ ਕੱਲ੍ਹ ਦਾ ਸੀਗਾ ਬਟ ਮੈਂ ਇੱਥੇ ਆ ਗਿਆ ਅਤੇ ਇਹਨਾਂ ਨੇ ਮੇਰਾ ਲੋਡ ਅੱਜ ਹੀ ਉਤਾਰਤਾ ਅਤੇ ਚਲੋ ਵਧੀਆ ਹੋ ਗਿਆ ਅਤੇ ਆਪਾਂ ਹੁਣ ਲੋਡ ਜਿਹੜਾ ਚੱਕਣਾ ਵਾ ਨੈਕਸਟ ਉਹ ਘਰ ਦਾ ਨਹੀਂ ਮਿਲਿਆ ਇੱਥੋਂ ਅਤੇ ਉਹ ਲੋਡ ਆਪਾਂ ਇੱਥੋਂ ਚੱਕ ਕੇ ਜਾਣਾ ਵਾ ਲੂਜ਼ੀਆਨਾ ਅਤੇ ਉਹ ਨੈਕਸਟ ਡੇ ਡਿਲੀਵਰੀ ਕਰਕੇ ਫਿਰ ਉੱਥੋਂ ਦੇਖਾਂਗੇ ਸ਼ਾਇਦ ਹੋਪਫੁਲੀ ਆਪਾਂ ਨੂੰ ਘਰ ਦਾ ਲੋਡ ਮਿਲ ਜਾਵੇ ਅਤੇ ਚਲੋ ਇਹ ਗੱਲਾਂ ਤੋਂ ਹਟ ਕੇ ਜਿਹੜੀ ਆਪਣੀ ਅੱਜ ਦਾ ਟੋਪਿਕ ਆ ਕਿ ਡਰਾਈਵਰ ਓਨਰ ਓਪਰੇਟਰ ਇੱਕ ਐਵਰੇਜ ਓਨਰ ਓਪਰੇਟਰ ਦੀ ਇਨਕਮ ਕੀ ਆ ਅਮੈਰੀਕਾ ਦੇ ਵਿੱਚ ਅਤੇ ਲੱਗਦਾ ਮੇਰਾ ਟਰੱਕ ਆਲਮੋਸਟ ਐਮਪਟੀ ਹੋ ਗਿਆ ਅਤੇ ਆਪਾਂ ਮੈਂ ਜਾ ਕੇ ਪੇਪਰ ਵਰਕ ਲੈਵਾਂ ਅਤੇ ਆਹ ਜਿਹੜੀ ਵੀਡੀਓ ਆਪਾਂ ਕੰਟੀਨਿਊ ਕਰਾਂਗੇ ਜਿੱਥੇ ਅੱਜ ਮੈਂ ਰਾਤ ਰੁਕਣਾ ਅਤੇ ਇੱਥੋਂ ਹੁਣ ਮੈਂ ਦੇਖਦਾ ਨੇੜੇ ਟਰੱਕ ਸਟੋਪ ਕਿਹੜਾ ਅਤੇ ਆਪਾਂ ਨੂੰ ਟਰੱਕ ਸਟੋਪ 'ਤੇ ਜਾ ਕੇ ਵੇਟ ਕਰਨੀ ਪੈਣੀ ਅੱਜ ਕਿਉਂਕਿ ਲੋਡ ਤਾਂ ਆਪਾਂ ਨੂੰ ਕੱਲ੍ਹ ਦੁਪਹਿਰੇ ਚੁੱਕਣਾ ਆਪਾਂ ਦੁਪਹਿਰੇ ਨਹੀਂ ਉਹਨਾਂ ਨੂੰ 10 ਵਜੇ ਚੁੱਕਣਾ ਸਵੇਰੇ ਅਤੇ ਆਪਾਂ ਉੱਥੇ ਪਹੁੰਚ ਕੇ ਗੱਲ ਕਰਦੇ ਹਾਂ ਓਕੇ ਜੀ ਟੇਕ ਕੇਅਰ ਅਤੇ ਮਿਲਦੇ ਹਾਂ ਬ੍ਰੇਕ ਦੇ ਬਾਅਦ
है जापानी ये पतलून इंग्लिस्तानी सर पे लाल टोपी रूसी फिर भी दिल है हिंदुस्तानी मेरा जूता है जापानी ये पतलून इंग्लिस्तानी सर पे लाल टोपी रूसी फिर भी दिल है हिंदुस्तानी मेरा जूता है ਅਤੇ ਡੈਲਸ ਅਤੇ ਬੜੀ ਮੁਸ਼ਕਿਲ ਨਾਲ ਪਾਰਕਿੰਗ ਮਿਲੀ ਹੈ ਇੱਥੇ ਇੱਥੇ ਐਕਚੁਲੀ ਤੁਸੀਂ ਕਿਸੇ ਵੀ ਵੱਡੇ ਸ਼ਹਿਰ 'ਚ ਜਾਂਦੇ ਆ ਜਿਹੜਾ ਟਰੱਕ ਸਟੋਪ ਹੁੰਦਾ ਉਹ ਉੱਥੇ ਪਾਰਕਿੰਗ ਮਿਲਣੀ ਥੋੜ੍ਹੀ ਔਖੀ ਹੋ ਜਾਂਦੀ ਹੈ ਕਿਉਂਕਿ ਕਾਫੀ ਟਰੱਕ ਹੁੰਦੇ ਆ ਨਾ ਹਰੇਕ ਵੱਡੇ ਸ਼ਹਿਰ 'ਚ ਅਤੇ ਚਲੋ ਆਪਾਂ ਨੂੰ ਇੱਕ ਸਪੋਟ ਚਾਹੀਦਾ ਸੀ ਇੱਕ ਸਾਨੂੰ ਮਿਲ ਗਿਆ ਅਤੇ ਹੁਣ ਆਪਾਂ ਸੇਫਲੀ ਪਾਰਕ ਹਾਂ ਅਤੇ ਆਪਾਂ ਇੱਥੇ ਹੀ ਨਾਈਟ ਸਪੈਂਡ ਕਰਾਂਗੇ ਅਤੇ ਆਪਾਂ ਅੰਦਰ ਜਾ ਕੇ ਆਪਣੇ ਦੇਖਦੇ ਹਾਂ ਰੈਸਟੋਰੈਂਟ 'ਚ ਪ੍ਰਸ਼ਾਦਾ ਪਾਣੀ ਵੀ ਛਕਦੇ ਹਾਂ ਅਤੇ ਉਹ ਕਰਨ ਤੋਂ ਪਹਿਲਾਂ ਮੈਂ ਸੋਚਿਆ ਕਿ ਆਪਾਂ ਕਵਰ ਕਰ ਲਈਏ ਜਿਹੜਾ ਸਾਡਾ ਰੀਸਨ ਅੱਜ ਦੀ ਵੀਡੀਓ ਬਣਾਉਣ ਦਾ ਅਤੇ ਜਿੱਦਾਂ ਕਿ ਆਪਾਂ ਪਹਿਲਾਂ ਵੀ ਦੱਸਿਆ ਆਪਾਂ ਅੱਜ ਬਣਾਉਣੀ ਆ ਵੀਡੀਓ ਓਨਰ ਓਪਰੇਟਰ ਦੀ ਇਨਕਮ ਬਾਰੇ ਹਾਂਜੀ ਅਤੇ ਓਨਰ ਓਪਰੇਟਰ ਵੀ ਟਰੱਕਿੰਗ ਦੇ ਵਿੱਚ ਆਪਾਂ ਬਸ ਕਿ ਸਿੰਗਲ ਟਰੱਕ ਓਨਰ ਦੀ ਗੱਲ ਕਰ ਰਹੇ ਹਾਂ ਇਹਦੇ ਵਿੱਚ ਜਿੰਨਾ ਕੋਈ ਜ਼ਿਆਦਾ ਟਰੱਕ ਨੇ ਉਹ ਥੋੜ੍ਹਾ ਡਿਫਰੈਂਟ ਹੋ ਜਾਂਦਾ ਉਹਨਾਂ ਦਾ ਬਿਜ਼ਨਸ ਐਂਡ ਕਿਉਂਕਿ ਉਹਨਾਂ ਨੇ ਡਰਾਈਵਰ ਵੀ ਹਾਇਰ ਕੀਤੇ ਆ ਅਤੇ ਓਬਵੀਅਸਲੀ ਉਹ ਵੋਲਿਊਮ ਵੱਧ ਜਾਂਦੀ ਆ ਅਤੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਆਪਾਂ ਸਿੰਗਲ ਟਰੱਕ ਓਨਰ ਓਪਰੇਟਰ ਉਹਦੇ ਬਾਰੇ ਗੱਲ ਕਰ ਰਹੇ ਹਾਂ ਕਿ ਇੱਕ ਟਰੱਕ ਜਿਹਦੇ ਕੋਲ ਹੈਗਾ ਅਤੇ ਨਾਲੇ ਆਪ ਡਰਾਈਵਿੰਗ ਕਰਦਾ ਬੰਦਾ ਅਤੇ ਉਹਦੇ ਕਿੰਨੇ ਕੁ ਪੈਸੇ ਬਣ ਜਾਂਦੇ ਆ ਠੀਕ ਹੈ ਅਤੇ ਇਹਦੇ ਵਿੱਚ ਵੀ ਹੁਣ ਦੋ ਕੈਟੇਗਰੀਆਂ ਨੇ ਪੈਸੇ ਬਣਾਉਣ ਦੀਆਂ ਕੰਮ ਕਰਨ ਦੀਆਂ ਸੋਰੀ ਉਹ ਵੈਸੇ ਤਾਂ ਚਾਰ ਪੰਜ ਨੇ ਚਲੋ ਅਸੀਂ ਦੋ ਕਵਰ ਕਰਦੇ ਹਾਂ ਇੱਕ ਤਾਂ ਤੁਸੀਂ ਓਨਰ ਓਪਰੇਟਰ ਕਰਨ ਦਾ ਇੱਕ ਟਾਈਪ ਤਾਂ ਤੁਸੀਂ ਕੰਮ ਕਰ ਸਕਦੇ ਹਾਂ ਕਿ ਓਨਲੀ ਤੁਹਾਡੇ ਕੋਲ ਟਰੈਕਟਰ ਹੋਵੇ ਟ੍ਰੇਲਰ ਨਹੀਂ ਹੈਗਾ ਤੁਸੀਂ ਕਿਸੇ ਵੀ ਵੱਡੀ ਕੰਪਨੀ ਦੇ ਨਾਲ ਹੁੱਕਅਪ ਕਰ ਸਕਦੇ ਹਾਂ ਆਪਣੇ ਟਰੱਕ ਨੂੰ ਜੇ ਤੁਸੀਂ ਉਹਨਾਂ ਦੀਆਂ ਰਿਕੁਆਇਰਮੈਂਟਸ ਦੇ ਨਾਲ ਖਰੇ ਉਤਰਦੇ ਆ ਕਿਉਂਕਿ ਕਈ ਕੰਪਨੀਆਂ ਦੀ ਰਿਕੁਆਇਰਮੈਂਟਸ ਹੁੰਦੀਆਂ ਕਿ ਤੁਹਾਡੀ ਜਿਹੜੀ ਇਕੁਪਮੈਂਟ ਆ ਉਹ ਨਵੀਂ ਹੋਣੀ ਚਾਹੀਦੀ ਆ ਅਤੇ ਟਰੱਕ 5 ਜਾਂ 6 ਸਾਲ ਤੋਂ ਪੁਰਾਣਾ ਨਾ ਹੋਵੇ ਜਾਂ ਕਿਸੇ ਦਾ 10 ਸਾਲ ਆ ਕਿਸੇ ਦਾ 3-4 ਸਾਲ ਵਾਲੇ ਵੀ ਹੈਗੇ ਆ ਅਤੇ ਚਲੋ ਜਦੋਂ ਤੁਸੀਂ ਆਪਣੀ ਇੱਦਾਂ ਦੀ ਕੰਪਨੀ ਦੇ ਨਾਲ ਜਦੋਂ ਟਰੱਕ ਤੁਸੀਂ ਹੁੱਕਅਪ ਕਰਦੇ ਆ ਅਟੈਚ ਕਰਦੇ ਆ ਕੰਮ ਲਈ ਅਤੇ ਉਹ ਤੁਹਾਨੂੰ ਜਸਟ ਲਾਈਕ ਡਰਾਈਵਰ ਹੀ ਪੇ ਕਰਦੀ ਆ ਇਨ ਦਾ ਸੈਂਸ ਉਹਨਾਂ ਨੇ ਜਿਹੜੇ ਤੁਹਾਨੂੰ ਪੈਸੇ ਦੇਣੇ ਆ ਹਾਂਜੀ ਅਤੇ ਮੈਂ ਗੱਲ ਕਰ ਰਿਹਾ ਸੀ ਕਿ ਜੇ ਤੁਸੀਂ ਇੱਦਾਂ ਦੀ ਕੰਪਨੀ ਦੇ ਨਾਲ ਅਟੈਚ ਕਰਦੇ ਆ ਤਾਂ ਉਹਨਾਂ ਨੇ ਤੁਹਾਨੂੰ ਮੀਲਾਂ ਦੇ ਹਿਸਾਬ ਨਾਲ ਪੈਸੇ ਦੇਣੇ ਆ ਕਿ ਜਿੰਨੇ ਮੀਲ ਟਰੱਕ ਚੱਲਿਆ ਉਸ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਣਗੇ ਉਹਦੇ ਵਿੱਚ ਤੁਹਾਨੂੰ ਇਹ ਨੌਲੇਜ ਨਹੀਂ ਹੈਗੀ ਕਿ ਇਹ ਲੋਡ ਜਿਹੜਾ ਕੰਪਨੀ ਨੇ ਮੂਵ ਕੀਤਾ ਵਾ ਇਹਦਾ ਕੀ ਪ੍ਰਾਈਜ਼ ਆ ਅਤੇ ਮਾਰਕੀਟ ਰੇਟ ਕੀ ਆ ਤੁਹਾਨੂੰ ਸਿੰਪਲੀ ਉਹ ਪਰ ਮਾਈਲ ਇੱਕ ਰੇਟ ਤੁਹਾਨੂੰ ਦੱਸ ਦਿੰਦੇ ਆ ਅਤੇ ਆਲ ਈਅਰ ਅਰਾਊਂਡ ਤੁਹਾਨੂੰ ਉਹੀ ਮਾਰਕੀਟ ਰੇਟ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਅਤੇ ਉਹ ਮਾਰਕੀਟ ਰੇਟ ਜਿਹੜਾ ਵਾ ਨਾ ਉਹ ਵੀ ਹੁਣ ਫਲਕ ਕੰਪਨੀ ਤੋਂ ਕੰਪਨੀ ਡਿਪੈਂਡ ਕਰਦਾ ਸਰਕਮਸਟੈਂਸਿਸ ਤੋਂ ਡਿਪੈਂਡ ਕਰਦਾ ਹੁਣ ਜਿਹੜੀ ਕੰਪਨੀ ਟਰੱਕ ਨਵਾਂ ਭਾਲਦੀ ਆ ਉਹ ਓਬਵੀਅਸਲੀ ਥੋੜ੍ਹਾ ਬੈਟਰ ਵੀ ਪੇ ਕਰਦੀ ਹੈ ਜਿਹੜੀ ਕੰਪਨੀ 'ਚ ਥੋੜ੍ਹਾ ਟਰੱਕ ਪੁਰਾਣਾ ਚੱਲ ਜਾਂਦਾ ਫਿਰ ਉਹ ਥੋੜ੍ਹੇ ਪੈਸੇ ਵੀ ਘੱਟ ਦਿੰਦੇ ਆ
ਤੇ ਜਿਹੜਾ ਪਰ ਮਾਈਲ ਰੇਟ ਚੱਲਦਾ ਉਹਦਾ ਇੱਦਾਂ ਦੀ ਕੰਪਨੀ ਦਾ ਨਾਮ ਐਜ਼ ਆ ਓਨਰ ਓਪਰੇਟਰ ਤੁਸੀਂ ਕੰਮ ਕਰਦੇ ਹੋ ਉਹ ਚੱਲਦਾ ਜੀ $1.15 ਤੋਂ ਲੈ ਕੇ $1.50 ਪਰ ਮਾਈਲ ਹੁਣ ਕਈਆਂ ਦਾ ਵੱਧ ਵੀ ਹੋਊਗਾ ਕਈਆਂ ਦਾ ਘੱਟ ਵੀ ਹੋਊਗਾ ਪਰ ਜਿਹੜੀ ਐਵਰੇਜ ਆ ਉਹ ਐਸੀ ਇਹੀ ਆ $1.15 ਤੋਂ ਲੈ ਕੇ $1.50 ਤੁਹਾਨੂੰ ਪਰ ਮਾਈਲ ਪੇ ਕਰਦੇ ਆ ਅਤੇ ਉਹਦੇ ਵਿੱਚ ਕੁਝ ਖਰਚੇ ਉਹਨਾਂ ਦੇ ਨੇ ਕੁਝ ਤੁਹਾਡੇ ਨੇ ਪਹਿਲੀ ਮੇਨ ਗੱਲ ਤਾਂ ਜਿਹੜਾ ਤੁਹਾਡਾ ਖਰਚਾ ਨਹੀਂ ਹੈਗਾ ਉਹ ਹੈਗਾ ਟ੍ਰੇਲਰ ਤੁਹਾਨੂੰ ਟ੍ਰੇਲਰ ਬਾਏ ਕਰਨ ਦੀ ਲੋੜ ਨਹੀਂ ਉਹ ਕੰਪਨੀ ਹੀ ਤੁਹਾਨੂੰ ਆਪਣਾ ਟ੍ਰੇਲਰ ਪ੍ਰੋਵਾਈਡ ਕਰਦੀ ਆ ਅਤੇ ਫਿਊਲ ਤੁਹਾਡਾ ਹੁੰਦਾ ਬਟ ਉਹ ਤੁਹਾਨੂੰ ਥੋੜ੍ਹਾ ਬਹੁਤ ਫਿਊਲ ਸਰਚਾਰਜ ਦਿੰਦੇ ਆ ਜਿੱਦਾਂ ਫੋਰ ਐਗਜ਼ਾਮਪਲ ਜੇ ਤੁਹਾਡਾ 500 ਦਾ ਫਿਊਲ ਲੱਗਾ ਉਹਦੇ ਵਿੱਚੋਂ ਕੁਝ ਪਰਸੈਂਟੇਜ 15% ਤੋਂ ਲੈ ਕੇ 30-40% ਤੱਕ ਉਹ ਤੁਹਾਡਾ ਫਿਊਲ ਕਵਰ ਕਰਦੇ ਆ ਕੁਝ ਕੰਪਨੀਆਂ ਹੈਗੀਆਂ ਨੇ ਜਿਹੜੇ ਤੁਹਾਡੀ ਟੋਲਸ ਵੀ ਕਵਰ ਕਰਦੀਆਂ ਨੇ ਕੁਝ ਕੰਪਨੀਆਂ ਤੁਹਾਡੇ ਟੋਲਸ ਨਹੀਂ ਕਵਰ ਕਰਦੀਆਂ ਅਤੇ ਬਾਕੀ ਉਹ ਤੁਹਾਨੂੰ ਮਾਈਲਸ ਦੇ ਹਿਸਾਬ ਨਾਲ ਜੇ ਤੁਸੀਂ 1000 ਮਾਈਲ ਗਏ ਆ ਤੁਹਾਨੂੰ 1000 ਮਾਈਲ ਦਾ ਕਿਹੜਾ 1000 ਮੀਲ ਗਏ 1000 ਮੀਲ ਆਏ ਅਤੇ ਉਸ ਹਿਸਾਬ ਨਾਲ ਕੈਲਕੂਲੇਟ ਕਰਕੇ ਤੁਹਾਨੂੰ ਪਰ ਮਾਈਲ ਉਹ ਤੁਹਾਨੂੰ ਤੁਹਾਡੀ ਸੈਲਰੀ ਦਿੰਦੇ ਆ ਅਤੇ ਉਹਦੇ ਉਹਨਾਂ ਦੇ ਨਾਲ ਕੰਮ ਕਰਨ ਦੇ ਕਾਫੀ ਫਾਇਦੇ ਵੀ ਨੇ ਕਾਫੀ ਨੁਕਸਾਨ ਵੀ ਨੇ ਜੇ ਆਪਾਂ ਫਾਇਦੇ ਦੀ ਗੱਲ ਕਰੀਏ ਪਹਿਲਾਂ ਉਹਦੇ ਵਿੱਚ ਫਾਇਦੇ ਦੀ ਗੱਲ ਇਹ ਆ ਕਿ ਉਹ 'ਚ ਉਹਨਾਂ ਕੋਲ ਆਲਮੋਸਟ ਜਿਹੜੀ ਇੱਦਾਂ ਦੀ ਕੰਪਨੀ ਆ ਉਹਨਾਂ ਕੋਲ ਈਅਰ ਅਰਾਊਂਡ ਕੰਮ ਹੁੰਦਾ ਤੁਹਾਨੂੰ ਬਾਹਰ ਕੰਮ ਲੱਭਣ ਦੀ ਲੋੜ ਨਹੀਂ ਪੈਂਦੀ ਪਲੱਸ ਤੁਹਾਨੂੰ ਆਲਰੇਡੀ ਪਤਾ ਹੁੰਦਾ ਕਿ ਸਾਡੀ ਇੰਨੀ ਇਨਕਮ ਆ ਅਤੇ ਇੰਨੇ ਵੀ ਇਸ ਜੇ ਆਪਾਂ ਤੁਹਾਨੂੰ ਇੱਕ ਫੋਰ ਐਗਜ਼ਾਮਪਲ ਪੱਕਾ ਰਨ ਦੇ ਤਾ ਉਹਨਾਂ ਨੇ ਕਿ ਤੁਸੀਂ ਨਿਊਜਰਸੀ ਤੋਂ ਚੱਲ ਕੇ ਟੈਕਸਸ ਆਉਣਾ ਅਤੇ ਟੈਕਸਸ ਤੋਂ ਨਿਊਜਰਸੀ ਜਾਣਾ ਅਤੇ ਤੁਹਾਨੂੰ ਪਤਾ ਕਿ ਤੁਹਾਡੀ 3400 ਮੀਲ ਪੈਣੀ ਪੈਣੀ ਹੈ ਨਾ ਅਤੇ 3400 ਮੀਲ ਦੇ ਹਿਸਾਬ ਨਾਲ ਜਿਹੜਾ ਵੀ ਤੁਹਾਡਾ ਪੇ ਰੇਟ ਆ ਪਰ ਮਾਈਲ ਉਸ ਹਿਸਾਬ ਨਾਲ ਤੁਹਾਨੂੰ ਪੈਸੇ ਮਿਲ ਜਾਣੇ ਆ ਅਤੇ ਤੁਹਾਨੂੰ ਆਲਰੇਡੀ ਵੀਕ ਇਨ ਐਡਵਾਂਸ ਪਤਾ ਹੀ ਆ ਕਿ ਇੰਨੇ ਕੁ ਪੈਸੇ ਅਸੀਂ ਬਣਾਉਂਦੇ ਹਾਂ ਅਤੇ ਹੋਰ ਉਹਨਾਂ ਦੇ ਬੈਨੀਫਿਟ ਜੇ ਆਪਾਂ ਗਿਣੀਏ ਤਾਂ ਆ ਆ ਕਾਫੀ ਕੰਪਨੀਆਂ ਜਿਹੜੀਆਂ ਇੱਦਾਂ ਦੀਆਂ ਕੰਪਨੀਆਂ ਵਾ ਉਹਨਾਂ ਦੇ ਵਿੱਚ ਇੱਕ ਬੈਨੀਫਿਟ ਇਹ ਹੋ ਜਾਂਦਾ ਕਿ ਤੁਹਾਨੂੰ ਲੋਡ ਡਿਲੀਵਰ ਔਰ ਪਿੱਕ ਨਹੀਂ ਕਰਨਾ ਪੈਂਦਾ ਕਈ ਕਈ ਵਾਰੀ ਕਰਨਾ ਵੀ ਪੈਂਦਾ ਵਾ ਪਰ ਮੈਜੋਰਿਟੀ ਆਫ ਦੀਆਂ ਕੰਪਨੀਆਂ ਐਸੀਆਂ ਨੇ ਉਹਨੂੰ ਇੱਥੇ ਕਹਿੰਦੇ ਡਰੋਪ ਐਂਡ ਹੁੱਕ ਕੰਮ ਕਰਦੇ ਆ ਉਹਨਾਂ ਨੇ ਨਿਊ ਜਰਸੀ ਤੋਂ ਯਾਰਡ 'ਤੇ ਜਾਣਾ ਅਤੇ ਉਹਦੇ ਡਿਸਪੈਚ ਨੇ ਉਹਨੂੰ ਸਿੱਧਾ ਕਹਿਣਾ ਵੀ ਤੂੰ ਯਾਰਡ ਦੇ ਵਿੱਚ ਟ੍ਰੇਲਰ ਨੰਬਰ 100 ਲੈ ਸੇ 101 101 ਨੰਬਰ ਟ੍ਰੇਲਰ ਖੜ੍ਹਾ ਆਲਰੇਡੀ ਲੋਡਿਡ ਆ ਉਹਨੇ ਜਾਣਾ ਵਾ ਜੀ ਡੈਲਸ ਟੈਕਸਸ ਅਤੇ ਤੁਸੀਂ ਇਹਨੂੰ ਹੁੱਕ ਕਰਨਾ ਅਤੇ 101 ਨੂੰ ਤੁਸੀਂ ਹੁੱਕ ਕਰਕੇ ਲਾਏ ਡੈਲਸ ਕੰਪਨੀ ਦੇ ਉਹਨਾਂ ਦੇ ਯਾਰਡ ਦੇ ਵਿੱਚ ਜੇ ਉਹਨਾਂ ਕੋਲ ਇੱਧਰ ਵੀ ਯਾਰਡ ਹੈਗਾ ਉੱਥੇ ਤੁਸੀਂ ਜਾਣਾ ਅੰਦਰ ਆਪਣਾ ਪੇਪਰ ਵਰਕ ਫੜਾਉਣਾ ਉਹਨਾਂ ਨੇ ਕਹਿਣਾ ਤੁਸੀਂ 101 ਨੂੰ ਡਰੋਪ ਕਰ ਦਿਓ ਫਲਾਣੇ ਫਲਾਣੇ ਸਪੋਟ 'ਤੇ ਅਤੇ ਸੇਮ ਯਾਰਡ ਦੇ ਵਿੱਚ ਹੀ 201 ਨੂੰ ਹੁੱਕ ਕਰਕੇ ਟੇਕ ਇਟ ਬੈਕ ਟੂ ਜਰਸੀ ਅਤੇ ਉਹਦੇ ਵਿੱਚ ਇਹ ਕਿ ਟਾਈਮ ਜੇ ਇੱਦਾਂ ਦਾ ਕੰਮ ਹੁੰਦਾ ਤਾਂ ਉਹ 'ਚ ਟਾਈਮ ਸੇਵਿੰਗ ਬਹੁਤ ਜ਼ਿਆਦਾ ਵਾ ਕਿਉਂਕਿ ਕਈ ਵਾਰੀ ਤੁਸੀਂ ਲੋਡ ਉਤਾਰਦੇ ਆ ਕਈ ਵਾਰੀ 2 ਘੰਟੇ ਤੋਂ ਲੈ ਕੇ 8 ਘੰਟੇ ਮੈਕਸੀਮਮ ਕੋਈ ਹੈ ਨਹੀਂ ਹੈ ਨਾ ਕਿ ਕਈ ਵਾਰੀ ਤਾਂ ਅੱਧਾ ਘੰਟਾ ਲੱਗਦਾ ਕਈ ਵਾਰੀ 2 ਘੰਟੇ 3 ਘੰਟੇ 4 ਘੰਟੇ 5-6 ਘੰਟੇ ਜਿੰਨੇ ਮਰਜ਼ੀ ਲੱਗ ਸਕਦੇ ਪਰ ਔਨ ਐਵਰੇਜ ਤੁਸੀਂ 2 ਤੋਂ 3 ਘੰਟੇ ਮੰਨ ਕੇ ਚੱਲੋ ਲੋਡ ਉਤਾਰਨ ਨੂੰ ਔਰ ਇੰਨਾ ਹੀ ਟਾਈਮ ਲੋਡ ਚੱਕਣ ਨੂੰ ਅਤੇ ਫਿਰ ਆਹ ਟਾਈਮ ਜਿਹੜੇ ਡਰੋਪ ਐਂਡ ਹੁੱਕ ਕਰਦੇ ਆ ਉਹ ਉਹਨਾਂ ਨੂੰ ਵੱਧ ਤੋਂ ਵੱਧ ਅੱਧਾ ਘੰਟਾ ਮੈਕਸੀਮਮ ਲੱਗਦਾ ਕਿ ਆਪਣਾ ਟ੍ਰੇਲਰ ਡਰੋਪ ਕੀਤਾ ਦੂਜਾ ਹੁੱਕ ਕੀਤਾ ਅਤੇ ਨਾਲ ਹੀ ਤੁਸੀਂ ਵਾਪਸੀ ਨੂੰ ਚਾਲੇ ਪਾ ਤੇ ਨਾ ਅਤੇ ਇਸ ਕਰਕੇ ਉਹਨਾਂ ਦੀ ਟਾਈਮ ਸੇਵਿੰਗ ਬਹੁਤ ਜ਼ਿਆਦਾ ਵਾ ਅਤੇ ਇੱਕ ਟੈਨਸ਼ਨ ਬਹੁਤ ਘੱਟ ਆ ਕਿ ਅਸੀਂ ਲੋਡ ਉਤਾਰਨਾ ਵਾ ਅਪੁਆਇੰਟਮੈਂਟ 'ਤੇ ਪਹੁੰਚਣਾ ਵਾ ਕਿਉਂਕਿ ਉਹ ਯੂਜਲੀ ਇੱਦਾਂ ਦੀਆਂ ਕੰਪਨੀਆਂ ਨੇ ਕੀ ਕਰਨਾ ਹੁੰਦਾ ਕਿ ਜਿਹੜਾ ਤੁਸੀਂ ਟ੍ਰੇਲਰ ਉੱਥੇ ਡਰੋਪ ਕੀਤਾ ਯਾਰਡ ਦੇ ਵਿੱਚ ਉਹਨਾਂ ਨੇ ਲੋਕਲ ਡਰਾਈਵਰਸ ਵੀ ਰੱਖੇ ਹੁੰਦੇ ਨੇ ਜੇ ਉਹਦੀ ਨੈਕਸਟ ਡੇ ਡਿਲੀਵਰੀ ਆ ਜਿਹੜੀ ਉਹਦੀ ਡਿਲੀਵਰੀ ਆ ਫਿਰ ਉਹ ਲੋਕਲ ਡਰਾਈਵਰਸ ਕਰਕੇ ਆਉਣਗੇ ਅਤੇ ਯੂਜਲੀ ਜਿਹੜੇ ਲੋਕਲ ਡਰਾਈਵਰਸ ਨੇ ਜਿਹੜੇ ਕਿ ਜਿਹੜੇ ਲਾਸਟ ਵੀਡੀਓ 'ਚ ਆਪਾਂ ਕਵਰ ਕੀਤੇ ਜਿਹਨਾਂ ਨੂੰ ਪਰ ਆਵਰ ਪੇ ਮਿਲਦੀ ਆ ਜੇ ਉਹ ਲੋਡ ਉਤਾਰਦੇ ਆ ਅਤੇ ਲੋਡ ਖਾਲੀ ਕਰਕੇ ਅਤੇ ਉਹਨਾਂ ਨੇ ਤੁਹਾਨੂੰ ਲੋਡ ਚੱਕ ਕੇ ਵੀ ਦੇਣਾ ਹੁੰਦਾ ਜਿਹੜਾ ਜੇ ਉਹਨਾਂ ਟ੍ਰੇਲਰ ਐਮਟੀ ਕੀਤਾ ਅਤੇ ਇੱਕ ਨਿਊਜਰਸੀ ਦਾ ਲੋਡ ਸੇਮ ਸ਼ਹਿਰ 'ਚੋਂ ਜੇ ਮਿਲਦਾ ਅਤੇ ਉਹਨਾਂ ਨੇ ਉਹ ਲੋਡ ਫਿਲ ਕਰਕੇ ਯਾਰਡ 'ਤੇ ਲਿਆ ਕੇ ਟ੍ਰੇਲਰ ਛੱਡ ਦੇਣਾ ਕਿ ਜਦੋਂ ਨਿਊਜਰਸੀ ਵਾਲਾ ਕੋਈ ਡਰਾਈਵਰ ਆਊਗਾ ਉਹ ਆਪਣਾ ਟ੍ਰੇਲਰ ਡਰੋਪ ਕਰਕੇ ਅਤੇ ਯੂ ਨੋ ਹੀ ਕੈਨ ਹੈਡ ਰਾਈਟ ਬੈਕ ਅਤੇ
ਇਹ ਕੰਮ ਹੁੰਦਾ ਜੀ ਪਰ ਮਾਈਲ ਦੇ ਹਿਸਾਬ ਨਾਲ। ਇਹਦੇ ਕਾਫੀ ਜਿੱਦਾਂ ਇਹੋ ਵੀ ਫਾਇਦੇ ਨੇ, ਇਹਦੇ ਕਾਫੀ ਫਾਇਦੇ ਨੇ, ਟਾਈਮ ਸੇਵਿੰਗ ਬਹੁਤ ਜ਼ਿਆਦਾ ਵਾ, ਅਤੇ ਤੁਹਾਨੂੰ ਪ੍ਰੋਡਿਕਸ਼ਨ ਹੋ ਜਾਂਦੀ ਹੈ ਮਾਰਕੀਟ ਦੀ, ਹੈ ਨਾ, ਕਿ ਇੰਨਾ ਕੁ ਸਾਡਾ ਕੰਮ ਆ ਅਤੇ ਇੰਨੇ ਕੁ ਪੈਸੇ ਸਾਨੂੰ ਬਣਦੇ ਨੇ, ਅਤੇ ਤੁਸੀਂ ਆਪਣੇ ਉਸ ਹਿਸਾਬ ਨਾਲ ਖਰਚੇ ਬਣ ਸਕਦੇ ਹੋ, ਤੁਹਾਨੂੰ ਆਪਣਾ ਟਾਰਗੇਟ ਜਿਹੜਾ ਵੀ ਤੁਸੀਂ ਆਪਣਾ ਰੱਖਣਾ ਟਾਰਗੇਟ ਅਚੀਵ ਕਰਦੇ ਹੋ ਤੁਸੀਂ ਬੜੀ ਆਸਾਨੀ ਨਾਲ। ਅਤੇ ਦੂਜੇ ਫਾਇਦੇ ਇਹ ਆ, ਮਾਰਕੀਟ ਚਾਹੇ ਅਪ ਜਾਏ ਚਾਹੇ ਡਾਊਨ ਜਾਏ ਬਾਹਰ, ਹੈ ਨਾ, ਤੁਹਾਨੂੰ ਉੰਨੇ ਕੁ ਪੈਸੇ ਮਿਲੀ ਜਾਣੇ ਆ। ਆਈ ਮੀਨ ਇੱਕ ਸੰਭਾਵਨਾ ਵਾ ਇਹ ਹੋ ਸਕਦੀ ਹੈ ਕਿ ਜੇ ਮਾਰਕੀਟ ਬਹੁਤ ਜ਼ਿਆਦਾ ਡਾਊਨ ਚੱਲ ਜਾਏ ਅਤੇ ਤੁਹਾਡੀ ਕੰਪਨੀ ਕੋਲ ਲੋਡ ਹੀ ਨਹੀਂ ਹੈਗੇ, ਹੈ ਨਾ, ਫਿਰ ਉਹਨਾਂ ਨੇ ਤੁਹਾਨੂੰ ਉਹ ਲੋਡ ਕਿੱਥੋਂ ਦੇਣੇ ਆ, ਅਤੇ ਉਹ ਟਾਈਮ ਦੇ ਵਿੱਚ ਥੋੜ੍ਹੀ ਜਿਹੀ ਤੁਹਾਨੂੰ ਤੰਗੀ ਆ ਸਕਦੀ ਆ। ਬਟ ਜੇ ਤੁਸੀਂ ਕਿਸੇ ਰੈਪਿਊਟਿਡ ਕੰਪਨੀ ਦੇ ਨਾਲ ਕੰਮ ਕਰਦੇ ਹਾਂ ਜਿਨ੍ਹਾਂ ਕੋਲ ਕਾਫੀ ਲੋਡ ਨੇ, ਤਾਂ ਤੁਹਾਨੂੰ ਈਅਰ ਅਰਾਊਂਡ ਦਿੱਕਤ ਨਹੀਂ ਆ ਸਕਦੀ। ਜੇ ਦਿੱਕਤ ਆਏਗੀ ਵੀ ਤਾਂ ਤੁਹਾਨੂੰ ਅਹੈਡ ਆਫ ਟਾਈਮ ਉਹ ਦੱਸ ਦੇਣਗੇ ਕਿ ਸਾਨੂੰ ਇਸ ਮਹੀਨੇ ਤੱਕ ਸਾਡੇ ਕੋਲ ਲੋਡ ਵਧੀਆ ਨੇ, ਨੈਕਸਟ ਮਹੀਨੇ ਵੀ ਡੋਂਟ ਨੋ, ਅਤੇ ਤੁਸੀਂ ਕੋਈ ਆਪਣਾ ਇੰਤਜ਼ਾਮ ਕਰ ਲਓ, ਜਾਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਗੇ ਵੀ ਹੁਣ ਅਗਲੇ ਮਹੀਨੇ ਤਾਂ ਲੋਡ ਘੱਟ ਜਾਣੇ ਆ ਅਤੇ ਅਸੀਂ ਤੁਹਾਨੂੰ ਇੰਨੀ ਲੋਡ ਨਹੀਂ ਦੇ ਸਕਦੇ। ਅਤੇ ਇਹ ਇਹਦੀ ਇੱਕ ਛੋਟਾ ਜਿਹਾ ਡਾਊਨਫਾਲ ਇਹ ਆ। ਅਤੇ ਜਿਹੜਾ ਸੈਕਿੰਡ ਡਾਊਨਫਾਲ ਇਹਦਾ ਇਹ ਆ, ਇਹਦੇ ਵਿੱਚ ਇਹ ਹੈ ਕਿ ਤੁਸੀਂ ਯੂ ਕੈਨ ਓਨਲੀ ਗਰੋ ਸੋ ਮੱਚ, ਹੈ ਨਾ, ਤੁਸੀਂ ਈਵਨ ਦੋ ਕਿ ਤੁਹਾਡਾ ਆਪਣਾ ਟਰੱਕ ਆ, ਯੂ ਆਰ ਸਟਿਲ ਐਨ ਇੰਪਲੋਈ, ਉਹ ਤੁਹਾਨੂੰ ਕਦੇ ਵੀ ਫਾਇਰ ਕਰ ਸਕਦੇ ਆ। ਜੇ ਕੰਪਨੀ ਦਾ ਜਿੱਦਾਂ ਕੋਈ ਕੰਟਰੈਕਟ ਟੁੱਟ ਜਾਂਦਾ ਤਾਂ ਉਹਦਾ ਸਿੱਧਾ ਇੰਪੈਕਟ ਤੁਹਾਡੇ 'ਤੇ ਵੀ ਆਏਗਾ ਨਾ, ਜੇ ਉਹਨਾਂ ਕੋਲ ਕੰਟਰੈਕਟ ਨਹੀਂ ਰਿਹਾ, ਜੇ ਉਹਨਾਂ ਕੋਲ ਲੋਡ ਨਹੀਂ ਹੈਗੇ ਤਾਂ ਉਹ ਤੁਹਾਨੂੰ ਲੋਡ ਅੱਗੇ ਕਿੱਥੇ ਦੇਣਗੇ। ਅਤੇ ਇੰਡੀਪੈਂਡੈਂਟ ਨਹੀਂ ਹੈਗੇ ਤੁਸੀਂ, ਜੇ ਤੁਹਾਨੂੰ ਛੁੱਟੀ ਚਾਹੀਦੀ ਆ, ਹੈ ਨਾ, ਅਤੇ ਫਿਰ ਜੇ ਕੰਪਨੀ ਕਹੇ ਕਿ ਨਹੀਂ ਤੁਹਾਨੂੰ ਕੰਮ ਕਰਨਾ ਹੀ ਪੈਣਾ, ਹੈ ਨਾ, ਤੁਸੀਂ ਛੁੱਟੀ ਨਹੀਂ ਲੈ ਸਕਦੇ, ਅਤੇ ਤੁਹਾਡੇ ਕੋਲ ਫਰੀਡਮ ਨਹੀਂ ਹੈਗਾ ਕਿ ਤੁਸੀਂ ਆਪਣੇ, ਈਵਨ ਦੋ ਯੂ ਓਨ ਦਾ ਟਰੱਕ ਬਟ ਯੂ ਆਰ ਨਾਟ ਦਾ ਬੋਸ, ਹੈ ਨਾ, ਤੁਹਾਡੀ ਸੇਇੰਗ ਨਹੀਂ ਹੈਗੀ ਕਿ ਮੈਂ ਆਹ ਲੋਡ ਚੁੱਕਣਾ, ਮੈਂ ਆਹ ਲੋਡ ਨਹੀਂ ਚੁੱਕਣਾ, ਹੈ ਨਾ, ਜਿਹੜਾ ਲੋਡ ਹੈਗਾ ਤੁਹਾਨੂੰ ਲੈ, ਚਾਹੇ ਭਾਰਾ ਵਾ ਚਾਹੇ ਹਲਕਾ ਵਾ, ਉਹ ਲੈ ਕੇ ਜਾਣਾ ਪੈਣਾ, ਹੈ ਨਾ। ਅਤੇ ਬਟ ਇਹਦਾ ਮਤਲਬ ਇਹ ਨਹੀਂ ਕਿ ਬਹੁਤ ਟਫ ਆ ਕੰਮ, ਇਵੈਂਚੁਅਲੀ ਜਿੱਦਾਂ ਤੁਸੀਂ ਜਿੱਦਾਂ ਕਿਸੇ ਵੀ ਪ੍ਰੋਫੈਸ਼ਨ ਵਾਂਗੂ ਜਦੋਂ ਤੁਸੀਂ ਥੋੜ੍ਹੇ ਪੁਰਾਣੇ ਹੋ ਜਾਂਦੇ ਆ ਅਤੇ ਤੁਹਾਨੂੰ ਆਪਣਾ ਪੱਕਾ ਰਨ ਦੇ ਦਿੰਦੇ ਹੋ, ਅਤੇ ਉਹ ਰਨ ਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਆਪਣਾ ਇੰਨਾ ਟਾਰਗੇਟ ਅਚੀਵ ਕਰ ਲਈਦਾ ਨਾ। ਅਤੇ ਜੇ ਆਪਾਂ ਲਾਈਏ ਕਿ ਜੇ ਤੁਹਾਨੂੰ ਰਨ ਮਿਲਦਾ ਵਾ ਨਿਊ ਜਰਸੀ ਤੋਂ ਟੈਕਸਸ ਦਾ ਅੱਜ ਦੀ ਡੇਟ 'ਚ, ਹੈ ਨਾ, ਅਤੇ ਜੇ ਤੁਸੀਂ 3400 ਮੀਲ ਟਰੱਕ ਚਲਾਉਂਦੇ ਆ, ਅਤੇ ਲੈਟਸ ਸੀ ਤੁਸੀਂ 3400 ਮੀਲ ਟਰੱਕ ਚਲਾਉਂਦੇ ਆ, ਲੈਟਸ ਸੇ ਤੁਹਾਨੂੰ ਕੰਪਨੀ ਪੇ ਕਰ ਰਹੀ ਆ $1.35, ਹੈ ਨਾ, $1.35 ਤੁਹਾਨੂੰ ਪੇ ਕਰਦੀ ਹੈ ਕੰਪਨੀ, ਹੈ ਨਾ, ਤਾਂ ਤੁਸੀਂ ਰਾਊਂਡ ਅਬਾਊਟ ਤੁਹਾਡਾ ਵੀਕ ਦੀ ਕ੍ਰੋਸ ਹੋ ਜਾਏਗੀ 4490, ਲੈਟਸ ਸੇ 4600, ਹੈ ਨਾ, 4600 ਜੇ ਤੁਹਾਡੀ ਗ੍ਰੋਸ ਹੁੰਦੀ ਆ। ਹੁਣ ਇਹਦੇ ਵਿੱਚ ਪਰ ਇਹ ਸਾਰੇ ਤੁਹਾਡੇ ਨੇਗੇ, ਇਹਦੇ ਵਿੱਚ ਖਰਚੇ ਵੀ ਆ, ਇਹਦੇ ਵਿੱਚ ਤੁਸੀਂ ਤਕਰੀਬਨ ਮੰਨ ਕੇ ਚੱਲੋ 1600 ਤੋਂ ਲੈ ਕੇ 2000 ਤੱਕ ਦਾ ਫਿਊਲ ਲੱਗੂਗਾ ਤੁਹਾਡਾ, ਤੇਲ ਲੱਗੂਗਾ, 100 ਤੋਂ ਲੈ ਕੇ $200 ਤੱਕ ਤੁਹਾਡਾ ਟੋਲ ਲੱਗੂਗਾ, ਹੈ ਨਾ, ਜੇ ਆਪਾਂ ਲਾਉਂਦੇ ਚਲੋ 1800 ਦਾ ਫਿਊਲ ਲੱਗਦਾ, 1800 ਦਾ ਫਿਊਲ ਲੱਗ ਗਿਆ, ਹੈ ਨਾ, ਅਤੇ ਪਿੱਛੇ ਪਿੱਛੇ 2800, ਉਹਦੇ ਬਾਅਦ ਤੁਸੀਂ ਮੰਨ ਕੇ ਚੱਲੋ $150 ਤੁਹਾਡਾ ਟੋਲਸ ਲੱਗ ਗਏ, ਹੈ ਨਾ, ਅਤੇ ਬੱਚਿਆਂ ਪਿੱਛੇ 2650 ਹੋਣਾ, 2650 ਇਹ ਵੀ ਨਹੀਂ ਕਿ ਇਹ ਵੀ ਸਾਰਾ ਤੁਹਾਡਾ ਹੀ ਹੈ ਨਾ। ਹੁਣ ਜੇ ਤੁਹਾਡੀ ਕੋਈ ਵੀ ਇੱਕ ਜੇ ਸਧਾਰਨ ਜਿਹਾ ਟਰੱਕ ਆ ਜਿਹੜਾ ਕਿ 2-3 ਸਾਲ ਪੁਰਾਣਾ ਵਾ, ਅਤੇ 3-3 ਸਾਲ ਜੇ ਪੁਰਾਣਾ ਹੈਗਾ ਵਾ, ਅਤੇ ਉਹਦੇ ਘੱਟੋ ਘੱਟ $2000 ਮਹੀਨੇ ਦੀ ਕਿਸ਼ਤ ਆ, ਜੇ ਉਹ $2000 ਨੂੰ ਤੁਸੀਂ ਵੀਕਲੀ ਕਰੋਗੇ ਤਾਂ $500 ਤੁਹਾਡੀ ਟਰੱਕ ਦੀ ਕਿਸ਼ਤ, ਹੈ ਨਾ, ਅਤੇ ਮਾਈਨਸ 500 2150, ਅਤੇ ਟ੍ਰੇਲਰ ਦੀ ਕਿਸ਼ਤ ਨਹੀਂ ਹੈਗੀ ਕਿਉਂਕਿ ਟ੍ਰੇਲਰ ਤੁਸੀਂ ਤੁਹਾਡਾ ਉਹ ਕੰਪਨੀ ਪ੍ਰੋਵਾਈਡ ਕਰਦੀ ਆ, ਬਟ ਤੁਸੀਂ ਟਰੱਕ ਦੀ ਮੇਨਟੇਨੈਂਸ ਕਿਉਂਕਿ ਤੁਸੀਂ ਓਇਲ ਚੇਂਜ ਵਗੈਰਾ ਸਾਰੇ ਤੁਸੀਂ ਕਰਾਉਣੇ ਆ, ਅਤੇ ਤੁਸੀਂ ਉਹ ਵੀ ਲਾ ਕੇ ਚੱਲੋ ਕਿ ਜਿਹੜੀ ਮੇਨਟੇਨੈਂਸ ਆ ਉਹਦਾ ਵੀ ਤੁਸੀਂ ਵੱਧ ਨਹੀਂ ਤਾਂ ਤੁਸੀਂ $150 ਵੀਕ ਦਾ ਕੱਢੋ ਟਰੱਕ ਮੇਨਟੇਨੈਂਸ, ਕਿਉਂਕਿ ਤੁਸੀਂ ਟਰੱਕ ਵਾਸ਼ ਵੀ ਕਰਾਉਣਾ ਅਤੇ ਓਇਲ ਚੇਂਜਸ ਵੀ ਆ ਜਾਂਦੇ ਆ, ਅਤੇ ਬਾਕੀ ਹੋਰ ਕੋਈ ਟਰੱਕ ਦਾ ਟਾਇਰ ਵੀ ਪਵਾਉਣੇ ਪੈ ਸਕਦੇ, ਕਦੀ ਕੋਈ ਪ੍ਰੋਬਲਮ ਬ੍ਰੇਕਡਾਊਨ ਹੋ ਜਾਂਦਾ ਤਾਂ ਉਹਦੇ ਵੀ ਤੁਹਾਨੂੰ ਪੈਸੇ ਦੇਣੇ ਪੈਣੇ ਆ ਨਾ, ਤਾਂ
ਫਿਰ ਤੁਸੀਂ ਬਚ ਬਚਾ ਕੇ ਆ ਗਏ $2,000 ਅਤੇ ਹੁਣ ਇਹ $2,000 ਆਈ ਥਿੰਕ ਇਹ ਤੁਹਾਡੀ ਵੀਕਲੀ ਤੁਸੀਂ ਔਨ ਐਵਰੇਜ ਹੁਣ ਕਈ ਕਈ ਵੀਕ ਇੱਦਾਂ ਹੋਣਗੇ ਤੁਸੀਂ 2,000 ਤੋਂ ਥੋੜ੍ਹਾ ਵੱਧ ਬਚਾ ਲਓਗੇ ਹੈ ਨਾ ਕਿ ਤੁਹਾਡੇ ਉਤਲੇ ਖਰਚੇ ਥੋੜ੍ਹੇ ਜਿਹੇ ਘੱਟ ਹੋਏ ਆ 2,200-2,300 ਬਚਾ ਲਓਗੇ ਅਤੇ ਕਈ ਵੀਕਸ ਇੱਦਾਂ ਦੇ ਹੋਣਗੇ ਜਿੱਦਾਂ ਤੁਹਾਡੇ ਖਰਚੇ ਅਨਐਕਸਪੈਕਟਡ ਥੋੜ੍ਹੇ ਜ਼ਿਆਦਾ ਹੋ ਜਾਣਗੇ ਉੱਦਾਂ ਤੁਹਾਨੂੰ ਉਸ ਵੀਕ ਤੁਹਾਨੂੰ 1,700-1,800 ਵੀ ਬਚੇ ਹੈ ਨਾ ਅਤੇ ਹੁਣ ਕੁਝ ਪਰਮਿਟਸ ਵੀ ਨੇ ਹੈ ਨਾ ਪਰਮਿਟਸ ਦਾ ਵੀ ਖਰਚਾ ਵਾ ਉਹ ਵੀ ਜੇ 2 to 3 $4,000 ਈਅਰਲੀ ਤੁਹਾਡੇ ਜਿਹੜੇ ਟਰੱਕ ਦੇ ਰਜਿਸਟ੍ਰੇਸ਼ਨਸ ਜਾਂ ਪਰਮਿਟਸ ਜਾਂ ਰੋਡ ਟੈਕਸ ਵਗੈਰਾ ਤੁਸੀਂ ਮੰਨ ਕੇ ਚੱਲੋ ਅਤੇ 2 to 4,000 ਤੱਕ ਤੁਹਾਡਾ ਉਹ ਵੀ ਖਰਚਾ ਹੁੰਦਾ ਅਤੇ ਆਲ ਇਨ ਆਲ ਜੇ ਆਹ ਤੁਸੀਂ ਗੇੜਾ ਜੇ ਤੁਸੀਂ ਟੈਕਸਸ ਆਉਂਦੇ ਆ ਆਪਣਾ ਨਿਊ ਜਰਸੀ ਤੋਂ ਅਤੇ ਤੁਹਾਡੀ ਵਧੀਆ ਤੁਹਾਨੂੰ ਕੰਮ ਮਿਲ ਰਿਹਾ ਅਤੇ ਵਧੀਆ ਕੰਪਨੀ ਦੇ ਨਾਲ ਤੁਸੀਂ ਕੰਮ ਕਰ ਰਹੇ ਹਾਂ ਅਤੇ ਤੁਸੀਂ ਔਨ ਐਵਰੇਜ $1,800 ਤੋਂ ਲੈ ਕੇ $2,200 ਇਹ ਤੁਹਾਡੀ ਵੀਕ ਦੀ ਅਰਨਿੰਗ ਹੋ ਗਈ ਹੁਣ ਇਹਨੂੰ 4 ਨਾਲ ਮਲਟੀਪਲਾਈ ਕਰ ਲਓ ਅਤੇ ਆਈ ਥਿੰਕ 8,000 ਤੱਕ ਤੁਸੀਂ ਪਹੁੰਚੋਗੇ ਮਹੀਨੇ ਦਾ ਨਾ ਹੁਣ ਇਹ ਤਾਂ ਇੱਕ ਸਾਈਡ ਹੋ ਗਈ ਇੱਦਾਂ ਦੇ ਓਨਰ ਓਪਰੇਟਰ ਜਿਹੜੇ ਕੰਪਨੀ ਦੇ ਨਾਲ ਟਰੱਕ ਚਲਾਉਂਦੇ ਨੇ ਹੁਣ ਆ ਗਏ ਦੂਸਰੇ ਓਨਰ ਓਪਰੇਟਰ ਜਿਹੜੇ ਕਿ ਕੰਮ ਕਰਦੇ ਆ ਸਪੋਟ ਮਾਰਕੀਟ 'ਤੇ ਜਿੱਦਾਂ ਕਿ ਮੈਂ ਕੰਮ ਕਰਦਾ ਮੈਜੋਰਿਟੀ ਆਫ ਆਪਣੇ ਜੇ ਤੁਸੀਂ ਕੈਨੇਡਾ ਦਾ ਲਾਉਂਦੇ ਆ ਤਾਂ ਕੈਨੇਡਾ ਦੇ ਵਿੱਚ ਮੋਸਟ ਆਫ ਜਿਹੜੇ ਆਪਣੇ ਪੰਜਾਬੀ ਟਰੱਕਰਸ ਨੇ ਉਹ ਪਹਿਲੀ ਵਾਰੀ ਕੈਟੇਗਰੀ 'ਚ ਕੰਮ ਕਰਦੇ ਆ ਪਰ ਮਾਈਲ ਵੀ ਪਰ ਮਾਈਲ ਹੀ ਉਹਨੂੰ ਪੈਸੇ ਲੈਂਦੇ ਆ ਸਿੱਧੇ ਸਿੱਧੇ ਉਹ ਆਪਣੀ ਕੰਪਨੀਆਂ ਤੋਂ ਨਾ ਅਤੇ ਆਪਣੇ ਟਰੱਕ ਯੂਜ਼ ਕਰਦੇ ਆ ਅਤੇ ਕੰਪਨੀ ਦੇ ਟ੍ਰੇਲਰ ਯੂਜ਼ ਕਰਦੇ ਆ ਔਨ ਦੀ ਅਦਰ ਹੈਂਡ ਜਿਹੜੇ ਮੈਜੋਰਟੀ ਆਫ ਦਾ ਆਪਣੇ ਪੰਜਾਬੀ ਅਮੈਰੀਕਾ ਦੇ ਵਿੱਚ ਨੇ ਉਹ ਮਜੋਰਟੀ ਆਫ ਦੈਮ ਸਪੋਟ ਮਾਰਕੀਟ 'ਚ ਕੰਮ ਕਰਦੇ ਆ ਹੁਣ ਸਪੋਟ ਮਾਰਕੀਟ ਦਾ ਕੀ ਮਤਲਬ ਹੈ ਸਪੋਟ ਮਾਰਕੀਟ ਦੇ ਵਿੱਚ ਆਇਆ ਕਿ ਟਰੱਕ ਵੀ ਤੁਹਾਡਾ ਟ੍ਰੇਲਰ ਵੀ ਤੁਹਾਡਾ ਤੇਲ ਵੀ ਤੁਹਾਡਾ ਸਾਰੇ ਸਰਚ ਚਾਰਜ ਕੋਈ ਨਹੀਂ ਤੁਹਾਨੂੰ ਕਿਸੇ ਨੇ ਨਹੀਂ ਦੇਣਾ ਸਾਰੀਆਂ ਜ਼ਿੰਮੇਵਾਰੀਆਂ ਤੁਹਾਡੀਆਂ ਨੇ ਅਤੇ ਜਿਹੜੇ ਤੁਸੀਂ ਲੋਡ ਚੱਕਣੇ ਆ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਹਰ ਵਾਰੀ ਸੇਮ ਲੋਡ ਮਿਲੇ ਤੁਹਾਨੂੰ ਨਿੱਤਰ ਨਵਾਂ ਲੋਡ ਮਿਲ ਸਕਦਾ ਕਈ ਲੋਡ ਇੱਦਾਂ ਹੋਣੇ ਤੁਸੀਂ ਸ਼ਾਇਦ ਇੱਕੋ ਵਾਰੀ ਚੱਕੋ ਅਤੇ ਨੈਕਸਟ ਵਾਰੀ ਤੁਹਾਨੂੰ ਉਹ ਕਦੀ ਲੋਡ ਮਿਲੇ ਨਾ ਸਪੋਟ ਮਾਰਕੀਟ ਦਾ ਮਤਲਬ ਤੁਸੀਂ ਮਾਰਕੀਟ ਦੇ ਵਿੱਚ ਜਿਹੜੇ ਲੋਡ ਲੱਗੇ ਆ ਥਰੂ ਬ੍ਰੋਕਰਸ ਤੁਸੀਂ ਲੋਡ ਬਾਏ ਕਰਦੇ ਆ ਅਤੇ ਉਹ ਲੋਡ ਤੁਸੀਂ ਰਨ ਕਰਦੇ ਆ ਅਤੇ ਹੁਣ ਜਿਹੜੇ ਇੱਦਾਂ ਦੇ ਲੋਡ ਆ ਓਬਵੀਅਸਲੀ ਰਿਸਕ ਫੈਕਟਰ ਜ਼ਿਆਦਾ ਵਾ ਕਿਉਂਕਿ ਤੁਹਾਡੀਆਂ ਰਿਸਪੋਂਸੀਬਿਲਟੀਜ਼ ਬਹੁਤ ਜ਼ਿਆਦਾ ਨੇ ਏ ਟੂ ਲੈ ਕੇ ਜ਼ੀ ਤੱਕ ਸਭ ਕੁਛ ਤੁਸੀਂ ਕਿ ਤੁਹਾਡੇ ਅੰਡਰ ਆ ਨਾ ਅਤੇ ਉਹ ਪਹਿਲੀ ਕੈਟੇਗਰੀ 'ਚ ਮੈਂ ਭੁੱਲ ਗਿਆ ਇੰਸ਼ੋਰੈਂਸ ਉਹ ਜਿਹੜੀ ਟਰੱਕ ਕਾਰਗੋ ਟਰੱਕ ਦੀ ਅਤੇ ਕਾਰਗੋ ਦੀ ਇੰਸ਼ੋਰੈਂਸ ਆ ਉਹ ਸਿਰਫ ਟਰੱਕ ਦੀ ਇੰਸ਼ੋਰੈਂਸ ਹੀ ਪੇ ਕਰਦੇ ਆ ਜਿਹੜੇ ਪਰ ਮਾਈਲ ਵਾਲੇ ਕਾਰਗੋ ਇੰਸ਼ੋਰੈਂਸ ਇਜ਼ ਪੇਡ ਬਾਏ ਦਾ ਕੰਪਨੀ ਆ ਨਾ ਉੱਥੇ ਵੀ ਉਹ ਪੈਸੇ ਸੇਵ ਕਰਦੇ ਆ ਪਰ ਇਹਦੇ ਵਿੱਚ ਜਿੰਨੀਆਂ ਵੀ ਇੰਸ਼ੋਰੈਂਸਿਸ ਵਗੈਰਾ ਨੇ ਉਹ ਸਾਰੀਆਂ ਤੁਸੀਂ ਲਾਇਬਲ ਹੁੰਦੇ ਆ ਤੁਸੀਂ ਪੇ ਕਰਦੇ ਆ ਹੈ ਨਾ ਅਤੇ ਬਟ ਇਹਦੇ ਵਿੱਚ ਜੇ ਰਿਸਕ ਫੈਕਟਰ ਵੱਡਾ ਤਾਂ ਇਹਦੇ ਵਿੱਚ ਥੋੜ੍ਹਾ ਜਿਹਾ ਰਿਵਾਰਡ ਵੀ ਵੱਡਾ ਵਾ ਰਿਵਾਰਡ ਇਨ ਦਾ ਸੈਂਸ ਇਹ ਨਹੀਂ ਕਿ ਤੁਸੀਂ ਉਹਨਾਂ ਤੋਂ ਬਹੁਤ ਜ਼ਿਆਦਾ ਪੈਸੇ ਬਣਾਉਂਦੇ ਆ ਕਈ ਵਾਰੀ ਉਹਨਾਂ ਤੋਂ ਜ਼ਿਆਦਾ ਬਣਾਉਂਦੇ ਆ ਕਈ ਵਾਰੀ ਉਹਨਾਂ ਤੋਂ ਤੁਹਾਡੇ ਪੈਸੇ ਘੱਟ ਵੀ ਰਹਿ ਜਾਂਦੇ ਆ ਅਤੇ ਜਿਹੜੇ ਸਪੋਟ ਮਾਰਕੀਟ ਦੇ ਲੋਡ ਆ ਉਹ ਤੁਸੀਂ ਕਿੱਦਾਂ ਬਾਏ ਕਰਦੇ ਆ ਜੇ ਤੁਹਾਡੇ ਕੋਲ ਆਪਣਾ ਤੁਹਾਨੂੰ ਇੱਕ ਡੀ ਓ ਟੀ ਨੰਬਰ ਮਿਲਦਾ ਇੱਕ ਐਮ ਸੀ ਨੰਬਰ ਮਿਲਦਾ ਉਹ ਜੇ ਤੁਸੀਂ ਆਪਣਾ ਟਰੱਕ ਓਨ ਕਰਦੇ ਆ ਤੁਸੀਂ ਆਪਣਾ ਮਤਲਬ ਕਿ ਅਥੋਰਟੀ ਤੋਂ ਤੁਹਾਨੂੰ ਅਸਾਈਨ ਕਰ ਦਿੰਦੇ ਆ ਉਹਦੇ ਬਾਅਦ ਤੁਸੀਂ ਕੀ ਕਰਨਾ ਵਾ ਉਹਦੇ ਬਾਅਦ ਡਿਫਰੈਂਟ ਲੋਡ ਬੋਰਡਸ ਨੇ ਅੱਜ ਕੱਲ੍ਹ ਹਰੇਕ ਚੀਜ਼ ਔਨਲਾਈਨ ਹੋ ਗਈ ਆ ਅਤੇ ਟਰੈਕਿੰਗ ਵੀ ਹੁਣ ਤਕਰੀਬਨ ਆਲਮੋਸਟ ਐਪਸ ਦੇ ਥਰੂ ਹੀ ਸਭ ਕੁਝ ਹੁੰਦਾ ਅਤੇ ਉਹ ਡਿਫਰੈਂਟ ਡਿਫਰੈਂਟ ਲੋਡ ਬੋਰਡਸ ਉਹਨਾਂ ਨੂੰ ਕਹਿੰਦੇ ਆ ਡਿਫਰੈਂਟ ਡਿਫਰੈਂਟ ਲੋਡ ਬੋਰਡਸ ਹੁੰਦੇ ਡਿਫਰੈਂਟ ਡਿਫਰੈਂਟ ਜਿੱਦਾਂ ਐਪਸ ਨੇ ਡਿਫਰੈਂਟ ਡਿਫਰੈਂਟ ਕੰਪਨੀਆਂ ਦੇ ਅਤੇ ਜਿਹੜਾ ਪਾਪੂਲਰ ਆ ਜਿਹੜੇ ਮਜੋਰਟੀ ਆਫ ਦ ਪੀਪਲ ਯੂਜ਼ ਕਰਦੇ ਉਹ ਹੈ ਡੀ ਏ ਟੀ ਲੋਡ ਬੋਰਡ ਅਤੇ ਤੁਸੀਂ ਕਿੱਦਾਂ ਲੋਡ ਲੱਭਣਾ ਤੁਸੀਂ ਜਾਣਾ ਡੀ ਏ ਟੀ ਲੋਡ ਬੋਰਡ 'ਤੇ ਉੱਥੇ ਜਾ ਕੇ ਫੋਰ ਐਗਜ਼ਾਮਪਲ ਤੁਸੀਂ ਕਹਿਣਾ ਕਿ ਹਾਂਜੀ ਅੱਜ ਅਸੀਂ ਨਿਊ ਜਰਸੀ ਖੜ੍ਹੇ ਹਾਂ ਅਤੇ ਅਸੀਂ ਲੋਡ ਲੱਭ ਰਹੇ ਹਾਂ ਟੈਕਸਸ ਦਾ ਅਤੇ ਉਹਦੇ ਵਿੱਚ ਤੁਸੀਂ ਆਪਣਾ ਸਿਨੈਰੀਓ ਪਾ ਦੇਣਾ ਕਿ ਮੈਨੂੰ 100 ਮਾਈਲ ਦੇ ਰੇਡੀਅਸ ਦੇ ਵਿੱਚ ਨਿਊ ਜਰਸੀ ਤੋਂ ਕੋਈ ਲੋਡ ਡੈਲਸ ਟੈਕਸਸ ਦੇ 100 ਮਾਈਲ ਰੇਡੀਅਸ ਦੇ ਵਿੱਚ ਕੋਈ ਲੋਡ ਜਾ ਰਿਹਾ ਅਤੇ ਉਹ ਮਤਲਬ ਕਿ ਮੈਂ ਮਤਲਬ ਕਿ ਉਹ ਲੋਡ ਮੈਨੂੰ ਸ਼ੋਅ ਕਰੋ ਨਾ ਕਿੰਨੇ ਕਿੰਨੇ ਕੁ ਲੋਡ ਜਾ ਰਹੇ ਆ ਜਦੋਂ ਤੁਸੀਂ ਇਹ ਸਿਨੈਰੀਓ ਪਾਇਆ ਫਿਰ ਅੱਗੇ ਲੋਡ ਆ ਜਾਣਗੇ ਉਹ ਲੋਡ ਕਈ ਵਾਰੀ 10 ਹੀ ਹੁੰਦੇ ਕਈ ਵਾਰੀ 1,000 ਹੁੰਦੇ ਆ ਕਈ ਵਾਰੀ 1 ਵੀ ਨਹੀਂ ਹੁੰਦਾ
ਤੇ ਡਿਪੈਂਡ ਕਰਦਾ ਕਿ ਮਾਰਕੀਟ ਕਿੱਦਾਂ ਨਾ ਉੱਧਰ ਨੂੰ ਲੋਡ ਜਾ ਰਹੇ ਆ ਡੈਲਸ ਨੂੰ ਨਿਊਜਰਸੀ ਤੋਂ ਕਿ ਨਹੀਂ ਜਾ ਰਹੇ ਅਤੇ ਉਹ ਫਿਰ ਉਹ ਪੂਰੀ ਲੋਡਸ ਦੀ ਲਿਸਟ ਆ ਜਾਂਦੀ ਹੈ ਫਿਰ ਉਹਨਾਂ ਲੋਡਸ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ ਲੋਡ ਹੈ ਕੀ ਉਹਦੇ ਵਿੱਚ ਉਹਦੀ ਡਿਸਕ੍ਰਿਪਸ਼ਨ ਹੋਏਗੀ ਕਿ ਇੰਨੇ ਵਜੇ ਲੋਡ ਆਹ ਵਾਲੇ ਸ਼ਹਿਰ ਤੋਂ ਪਿੱਕ ਹੁੰਦਾ ਆਹ ਵਾਲਾ ਮਟੀਰੀਅਲ ਹੈ ਜਾਂ ਆਹ ਵਾਲੀ ਕਮੋਡਿਟੀ ਆ ਇਹਦਾ ਇੰਨਾ ਵੇਟ ਆ ਅਤੇ ਇਹ ਪਰਸੋਂ ਨੂੰ ਜਾਂ ਤੀਜੇ ਦਿਨ ਇੰਨੇ ਵਜੇ ਡਿਲੀਵਰ ਹੁੰਦਾ ਡੈਲਸ ਟੈਕਸਸ ਦੇ ਵਿੱਚ ਫੋਰ ਐਗਜ਼ਾਮਪਲ ਅਤੇ ਆਹ ਇੰਨੇ ਵਜੇ ਡਿਲੀਵਰ ਹੁੰਦਾ ਆਹ ਕੰਪਨੀ ਤੋਂ ਚੱਕਣਾ ਅਤੇ ਆਹ ਕੰਪਨੀ 'ਤੇ ਲਾਉਣਾ ਵਾ ਅਤੇ ਇਹਦਾ ਇੰਨਾ ਪ੍ਰਾਈਜ਼ ਆ ਫੋਰ ਐਗਜ਼ਾਮਪਲ ਇਹਦਾ ਜੋ ਵੀ ਆ $2000 ਆ ਜਾਂ $2500 ਆ ਇੰਨਾ ਪ੍ਰਾਈਜ਼ ਆ ਅਤੇ ਕਈ ਅਤੇ ਤੁਸੀਂ ਜੇ ਚੱਕਣਾ ਵਾ ਤਾਂ ਆਹ ਥੱਲੇ ਉਹ ਬ੍ਰੋਕਰ ਦਾ ਨੰਬਰ ਦਿੱਤਾ ਹੁੰਦਾ ਡਿਫਰੈਂਟ ਡਿਫਰੈਂਟ ਬ੍ਰੋਕਰਸ ਹੁੰਦੇ ਉਹਦੇ ਵਿੱਚ ਅਤੇ ਬ੍ਰੋਕਰ ਦਾ ਨੰਬਰ ਦਿੱਤਾ ਉਹਨੂੰ ਕਾਲ ਕਰੋ ਅਤੇ ਤੁਸੀਂ ਜੇ ਚੱਕਣਾ ਚਾਹੁੰਦੇ ਹੋ ਤਾਂ ਤੁਸੀਂ ਥਰੂ ਬ੍ਰੋਕਰ ਆ ਲੋਡ ਚੱਕ ਸਕਦੇ ਹੋ ਅਤੇ ਤੁਸੀਂ ਜਦੋਂ ਦੇਖ ਲਿਆ ਵੀ ਹਾਂਜੀ ਆਹ ਲੋਡ ਮੇਰੀ ਜਿਹੜੀਆਂ ਵੀ ਮੇਰੇ ਅਕੋਰਡਿੰਗਲੀ ਸੈੱਟ ਬਹਿੰਦਾ ਕਿ ਮੇਰੇ ਘਰ ਨੇੜੇ ਆ ਲੋਡ ਚੱਕਣਾ ਨਾਲੇ ਹਲਕਾ ਵਾ ਲੋਡ ਅਤੇ ਜਿਹੜੇ ਸ਼ਹਿਰ ਮੈਂ ਜਾਣਾ ਚਾਹੁੰਦਾ ਉਹ ਸ਼ਹਿਰ ਜਾਂਦਾ ਅਤੇ ਤੁਸੀਂ ਜਦੋਂ ਬ੍ਰੋਕਰ ਨੂੰ ਕਾਲ ਕਰਨੀ ਆ ਤੁਹਾਨੂੰ ਕਹਿਣਾ ਵੀ ਹਾਂਜੀ ਉਹਨੇ ਪੁੱਛਣਾ ਕਿ ਤੁਹਾਡਾ ਐਮ ਸੀ ਨੰਬਰ ਕੀ ਆ ਜਦੋਂ ਤੁਸੀਂ ਉਹਨੂੰ ਐਮ ਸੀ ਨੰਬਰ ਦੱਸਣਾ ਆਪਣਾ ਉਹਨੇ ਆਪਣੇ ਕੰਪਿਊਟਰ ਦੇ ਵਿੱਚ ਪਾ ਲੈਣਾ ਕਿ ਠੀਕ ਉਹਨੇ ਮਤਲਬ ਕਿ ਜਸਟ ਟੂ ਚੈੱਕ ਕਿ ਆ ਕੰਪਨੀ ਹੈਗੀ ਵੀ ਹੈ ਕਿ ਨਹੀਂ ਹੈਗੀ ਕਿਉਂਕਿ ਜਿਹੜਾ ਐਮ ਸੀ ਨੰਬਰ ਦਾ ਡੇਟਾ ਵਾ ਉਹ ਜਦੋਂ ਤੁਸੀਂ ਕੁਝ ਵੈਬਸਾਈਟਸ ਨੇ ਉੱਥੇ ਪਾ ਕੇ ਉਹ ਸਾਰੇ ਨੂੰ ਅਵੇਲੇਬਲ ਹੁੰਦਾ ਜਦੋਂ ਉਹਨੇ ਐਮ ਸੀ ਨੰਬਰ ਪੁੱਛਿਆ ਅਤੇ ਉਹਦੇ ਵਿੱਚ ਤੁਹਾਡੀ ਕੰਪਨੀ ਦੀ ਸਾਰੀ ਡਿਟੇਲਸ ਆ ਜਾਣਗੀਆਂ ਕਿ ਇਹ ਕੰਪਨੀ ਦਾ ਨਾਂ ਕੀ ਆ ਅਤੇ ਇਹ ਕੰਪਨੀ ਕਿੱਥੋਂ ਆਪਰੇਟ ਕਰਦੀ ਆ ਪਲੱਸ ਉਹਦੇ ਵਿੱਚ ਇਹ ਵੀ ਚੀਜ਼ਾਂ ਆਉਣੀਆਂ ਕਿ ਤੁਹਾਡੀ ਕੰਪਨੀ ਦੀ ਰੈਪੂਟੇਸ਼ਨ ਕਿੱਦਾਂ ਦੀ ਆ ਤੁਹਾਡੀ ਕੰਪਨੀ ਦੇ ਕ੍ਰੈਡਿਟ ਕਿੱਦਾਂ ਦਾ ਵਾ ਤੁਹਾਡੀ ਕੰਪਨੀ ਨੂੰ ਕਿੰਨੇ ਚਲਾਨ ਹੋਏ ਨੇ ਪਾਸਟ ਵਟਐਵਰ ਇੱਕ ਸਾਲ ਦੇ ਵਿੱਚ ਅਤੇ ਤੁਹਾਡੀ ਕੰਪਨੀ ਦੇ ਪੁਆਇੰਟਸ ਕਿੰਨੇ ਨੇ ਪੁਆਇੰਟਸ ਮਤਲਬ ਕਿ ਜਦੋਂ ਤੁਹਾਡੇ ਚਲਾਨ ਹੁੰਦੇ ਉਦੋਂ ਤੁਹਾਡੇ ਪੁਆਇੰਟਸ ਕੱਟੇ ਜਾਂਦੇ ਆ ਜਦੋਂ ਰੋਡ ਦੇ ਉੱਤੇ ਅਤੇ ਆਹ ਵੀ ਚੀਜ਼ਾਂ ਉਹ 'ਚ ਹੁੰਦੀਆਂ ਕਿ ਆਹ ਕੰਪਨੀ ਟਾਈਮ 'ਤੇ ਲੋਡ ਉਤਾਰਦੀ ਆ ਅਤੇ ਰਿਲਾਇਬਲ ਕੰਪਨੀ ਆ ਅਤੇ ਆਹ ਕੰਪਨੀ ਕੋਲ ਆਹ ਵਾਲੀ ਇੰਸ਼ੋਰੈਂਸ ਆ ਹੁਣ ਕਈ ਬ੍ਰੋਕਰ ਨੇ ਉਹ ਓਨਲੀ ਸਰਟਨ ਇੰਸ਼ੋਰੈਂਸ ਹੋਏਗੀ ਤੁਹਾਡੇ ਕੋਲ ਤਦ ਹੀ ਤੁਹਾਨੂੰ ਲੋਡ ਦੇਣਗੇ ਨਹੀਂ ਤਾਂ ਨਹੀਂ ਦੇਣਗੇ ਪਹਿਲਾਂ ਉਹਨਾਂ ਨੇ ਆਹ ਚੀਜ਼ਾਂ ਬ੍ਰੋਕਰ ਨੇ ਦੇਖਣੀਆਂ ਜੇ ਤਾਂ ਤੁਸੀਂ ਉਹਦੀਆਂ ਸਾਰੀਆਂ ਜਿਹੜੀ ਚੈੱਕਲਿਸਟ ਆ ਉਹਦੇ 'ਤੇ ਤੁਸੀਂ ਖਰੇ ਉਤਰਦੇ ਆ ਫਿਰ ਹੀ ਉਹਨੇ ਅਗਲੀ ਗੱਲ ਕਰਨੀ ਹੈ ਵੀ ਹਾਂਜੀ ਹਾਂ ਮੈਂ ਹਾਂਜੀ ਆਹ ਲੋਡ ਜਾਂਦਾ ਆਹ ਲੋਡ ਇੰਨੇ ਦਾ ਅਤੇ ਤੁਸੀਂ ਚੱਕਣਾ ਤਾਂ ਦੱਸੋ ਅਤੇ ਉਹਦੇ ਵਿੱਚ ਫਿਰ ਤੁਹਾਨੂੰ ਨੈਗੋਸ਼ੀਏਸ਼ਨ ਸਕਿੱਲਸ ਚਾਹੀਦੀਆਂ ਨੇ ਕਿਉਂਕਿ ਉਹ ਮੰਡੀ ਵਾਂਗੂ ਕੰਮ ਆ ਜੀ ਉਹ ਜਿੰਨੇ ਦਾ ਲੋਡ ਉਹਨੇ ਬੋਲਿਆ ਉਹ ਉਨੇ ਦਾ ਹੀ ਇਹ ਜ਼ਰੂਰੀ ਨਹੀਂ ਕਿ ਉਨੇ ਦਾ ਹੀ ਤੁਸੀਂ ਚੱਕਣਾ ਵਾ ਜਿਹਨੇ 2500 ਦਾ ਗਿਆ ਤਾਂ ਇਹ ਨਹੀਂ ਕਿ ਤੁਹਾਨੂੰ 2500 ਦੇ ਚੱਕਣਾ ਪੈਣਾ ਤੁਸੀਂ ਉਹਦੇ ਨਾਲ ਨੈਗੋਸ਼ੀਏਟ ਕਰ ਸਕਦੇ ਆ ਤੁਸੀਂ ਕਹਿ ਸਕਦੇ ਕਿ ਜੋ ਵੀ ਅਸੀਂ ਤਾਂ ਉੱਥੇ ਵੀ $3000 ਨੂੰ ਜਾਂਦੇ ਹਾਂ ਵੀ ਸਾਡਾ ਕੈਨ ਯੂ ਪਲੀਜ਼ ਪੇ ਮੀ ਕਿ ਤੁਹਾਨੂੰ $3000 ਦੇ ਵੀ ਆਪਾਂ ਤਦ ਲੋਡ ਕਰਾਂਗੇ ਫਿਰ ਉਹਨੇ ਉਹ ਅੱਗੋਂ ਕਹੂਗਾ ਨਹੀਂ ਜੀ $3000 ਤਾਂ ਮੈਂ ਨਹੀਂ ਦੇ ਸਕਦਾ ਅਤੇ ਮੈਂ 2600 ਦੇ ਸਕਦਾ ਜਾਂ ਮੈਂ 2700 ਦੇ ਸਕਦਾ ਜੋ ਵੀ ਦੇ ਸਕਦਾ ਕਿ ਮੈਂ ਇੰਨੇ ਪੈਸੇ ਤੁਹਾਨੂੰ ਦੇ ਸਕਦਾ ਅਤੇ ਇਵੈਂਚੁਲੀ ਜਿੱਥੇ ਵੀ ਤੁਸੀਂ ਕਈ ਵਾਰੀ ਨਹੀਂ ਵੀ ਵੱਧਦੇ ਕਈ ਵਾਰੀ ਉਹਨੇ ਕਹਿਣਾ ਨਹੀਂ ਜੀ ਇਹੋ ਹੀ ਪ੍ਰਾਈਜ਼ ਆ ਚੱਕਲਾ ਚੁੱਕੋ ਨਹੀਂ ਤਾਂ ਕੋਈ ਨਹੀਂ ਥੈਂਕ ਯੂ ਅਤੇ ਜੋ ਵੀ ਉਹਨੇ ਤੁਹਾਨੂੰ ਪ੍ਰਾਈਜ਼ ਦਿੱਤਾ ਜਿੱਥੇ ਵੀ ਤੁਹਾਡੀ ਸੈਟਲਮੈਂਟ ਹੋਈ ਉੱਥੇ ਤੁਸੀਂ ਸੈਟਲ ਹੋ ਜਾਣਾ ਅਤੇ ਉਹਦੇ ਬਾਅਦ ਉਹਨੇ ਤੁਹਾਨੂੰ ਈਮੇਲ ਐਡਰੈਸ ਪੁੱਛਣਾ ਤੁਹਾਡਾ ਅਤੇ ਤੁਹਾਨੂੰ ਉਹਨੇ ਜਿਹੜੀ ਵੀ ਤੁਹਾਡੀ ਗੱਲ ਹੋਈ ਆ ਉਹਨੇ ਇੱਕ ਰੇਟ ਕੰਫਰਮੇਸ਼ਨ ਦੀ ਈਮੇਲ ਘਲਾਉਣੀ ਆ ਉਹਦੇ ਵਿੱਚ ਕਨਫਰਮ ਹੋ ਜਾਣਾ ਕਿ ਆਹ ਰੈਟ ਰੇਟ 'ਤੇ ਤੈਅ ਹੋਇਆ ਵਾ ਅਤੇ ਬਾਕੀ ਉਹਦੇ ਵਿੱਚ ਬਾਕੀ ਡਿਟੇਲਸ ਵੀ ਹੁੰਦੀਆਂ ਕਿ ਆਹ ਲੋਡ ਕਿੱਥੋਂ ਚੱਕਿਆ ਜਾਂਦਾ ਕਿੱਥੇ ਉਤਾਰਨਾ ਅਤੇ ਲੋਡ ਦੀਆਂ ਡਿਟੇਲਸ ਕਿੰਨਾ ਵੇਟ ਆ ਅਤੇ ਅਪੋਇੰਟਮੈਂਟ ਟਾਈਮਸ ਕੀ ਨੇ ਜੇ ਉਹ ਫਲਾਣਾ ਟਿੱਕਾ ਹੈ ਨਾ ਅਤੇ ਇੱਦਾਂ ਤੁਸੀਂ ਲੋਡ ਚੱਕਦੇ ਆ ਸਿੰਗਲ ਓਨਰ ਓਪਰੇਟਰ ਹੈ ਨਾ ਇੱਕ ਤਰੀਕਾ ਤਾਂ ਆਇਆ ਚੁੱਕਣ ਦਾ ਲੋਡ ਜਿਹੜਾ ਮਤਲਬ ਕਿ ਜਿਹਦੇ ਕੋਲ ਆਪਣਾ ਟਰੱਕ ਹੈ ਤਾਂ ਆਪਣਾ ਟਰੇਲਰ ਇੱਕ ਤਰੀਕਾ ਤਾਂ ਆਇਆ ਕਿ ਤੁਸੀਂ ਆਪਣੇ ਲੋਡ ਆਪਣੇ ਆਪ ਬੁੱਕ ਕਰੋ ਅਤੇ ਦੂਜਾ ਤਰੀਕਾ ਇਹ ਆ ਜਿਹੜੇ ਮਜੋਰਿਟੀ ਆਫ ਦ ਲੋਕ ਪੰਜਾਬੀ ਆਪਣੇ ਕੰਮ ਕਰਦੇ ਆ ਉਹਦੇ ਵਿੱਚ ਇਹ ਆ ਉਹ ਕਿਸੇ ਤੋਂ ਆਪਾਂ ਤੁਸੀਂ ਸੁਣਿਆ ਹੋਣਾ ਵਰਡ ਡਿਸਪੈਚ ਲੈਂਦੇ ਆ ਡਿਸਪੈਚ ਦੇ ਵਿੱਚ ਇਹ ਆ ਜੀ ਜੇ ਕੋਈ ਬੰਦਾ ਵਾ ਉਹ ਕਹਿੰਦਾ ਵੀ ਮੈਂ ਲੋਡ ਬੁੱਕ ਕਰਕੇ ਦਿੰਦਾ ਤੁਹਾਨੂੰ ਹੈ ਨਾ ਕਈ ਵਾਰੀ ਆਪਣੇ ਪੰਜਾਬੀ ਨੂੰ ਇੰਗਲਿਸ਼ 'ਚ ਪ੍ਰੋਬਲਮ ਆ ਜਾਂ ਉੱਦਾਂ ਉਹਨਾਂ ਕੋਲ ਇੰਨੀ ਨੈਗੋਸ਼ੀਏਸ਼ਨ ਸਕਿੱਲਸ ਨਹੀਂ ਹੈਗੀਆਂ
ਤਾਂ ਕਈ ਵਾਰੀ ਉਹਨਾਂ ਦੀ ਕੰਪਨੀ ਛੋਟੀ ਆ, ਹੈ ਨਾ, ਕਈ ਵਾਰੀ ਕਿਉਂਕਿ ਕਈ ਬ੍ਰੋਕਰ ਆ ਵੀ ਦੇਖ ਲੈਂਦੇ ਇਹਦੇ ਕੋਲ ਇੱਕ ਹੀ ਟਰੱਕ ਆ ਅਤੇ ਇਹ ਇੰਨੀ ਰੈਪਿਊਟੇਬਲ ਕੰਪਨੀ ਨਹੀਂ ਹੁੰਦੀ, ਇਹਨੂੰ ਆਪਾਂ ਲੋਡ ਨਹੀਂ ਦੇਣਾ। ਉਹ ਵੀ ਕਈ ਵਾਰੀ ਕੋਸ਼ਿਸ਼ ਕਰਦੇ ਕਿ ਘੱਟੋ ਘੱਟ 5-6-10 ਟਰੱਕਾਂ ਵਾਲੀ ਕੋਈ ਕੰਪਨੀ ਆ, ਉਹਨੂੰ ਹੀ ਲੋਡ ਦੇਈਏ। ਅਤੇ ਫਿਰ ਉਹ ਦੂਜੀ ਕੈਟੇਗਰੀ ਦੇ ਵਿੱਚ ਆ ਜਾਂਦੇ ਲੋਕ, ਉਹ ਜਿਹੜੇ ਆਪਣਾ ਟਰੱਕ ਹਾਲਾਂਕਿ ਉਹਨਾਂ ਦਾ ਆਪਣਾ ਵਾ, ਟ੍ਰੇਲਰ ਵੀ ਉਹਨਾਂ ਦਾ ਆਪਣਾ ਵਾ, ਉਹ ਇੱਦਾਂ ਕਿਸੇ ਕੰਪਨੀ ਦਾ ਨਾਲ ਅਟੈਚ ਕਰਦੇ ਆ ਛੋਟੀ। ਉਹ ਕੰਪਨੀ ਜ਼ਿਆਦਾਤਰ ਛੋਟੀ ਹੁੰਦੀ ਆ, ਕੋਈ 5-6 ਤੋਂ ਲੈ ਕੇ 20 ਟਰੱਕਾਂ ਤੱਕ ਲਾ ਲਓ, ਜਾਂ 30-40 ਤੱਕ ਲਾ ਲਓ ਮੈਕਸੀਮਮ। ਉਹ ਕੰਪਨੀ ਦਾ ਨਾਲ ਇੱਦਾਂ ਕਿ ਉਹ ਲੋਡ ਜਿੱਦਾਂ ਜੇ ਮੇਰੀ ਕੰਪਨੀ ਆ ਫੋਰ ਐਗਜ਼ਾਮਪਲ ABC, ਮੈਂ DOT ਨੰਬਰ ਵੀ ਮੇਰਾ ਹੋਊਗਾ ਅਤੇ MC ਨੰਬਰ ਵੀ ਮੇਰਾ ਹੋਊਗਾ, ਉਹ ਮੈਂ ਤੁਹਾਨੂੰ ਆਥੋਰਾਈਜ਼ ਕਰੂੰਗਾ ਕਿ ਤੁਸੀਂ ਆਪਣੇ ਟਰੱਕ 'ਤੇ ਮੇਰਾ DOT ਔਰ MC ਨੰਬਰ ਯੂਜ਼ ਕਰ ਸਕਦੇ ਹਾਂ, ਅਤੇ ਮੇਰਾ ਹੀ ਨਾਂ ਤੁਹਾਡੇ ਟਰੱਕ 'ਤੇ ਲਿਖਿਆ ਜਾਊਗਾ, ਜੋ ਵੀ ਮੇਰੀ ਕੰਪਨੀ ਦਾ ਨਾਮ ਆ ਉਹ ਵੀ ਤੁਹਾਡੀ ਟਰੱਕ ਦੇ ਉੱਤੇ ਮੈਂਸ਼ਨ ਹੋਊਗਾ। ਅਤੇ ਉਹਦੇ ਵਿੱਚ ਫਿਰ ਜਦੋਂ ਮੈਂ ਲੋਡ ਲੈ ਇੱਦਾਂ ਮੈਂ ਲੋਡ ਲਊਂਗਾ ਤੁਹਾਡੇ ਲਈ, ਵਿੱਚੋਂ ਮੈਂ ਕਮਿਸ਼ਨ ਚਾਰਜ ਕਰੂੰਗਾ ਫਿਰ, ਹੈ ਨਾ, ਵਿੱਚ ਉਹਦੇ ਵਿੱਚ 7-10% ਜਿਹੜਾ ਚੱਲਦਾ ਰੇਟ, ਹੈ ਨਾ, 7% ਤੋਂ ਲੈ ਕੇ 10% ਤੱਕ, ਜੇ 2000 ਦਾ ਲੋਡ ਆ ਤਾਂ 10% ਓਬਵੀਅਸਲੀ 200 ਮੇਰਾ ਅਤੇ 1800 ਤੁਹਾਡਾ। ਅਤੇ ਬਟ ਉਹਦੇ ਵਿੱਚ ਇਹ ਜਿਹੜੀ ਪੇਪਰ ਵਰਕ ਦੀ ਜ਼ਿੰਮੇਵਾਰੀ ਆ ਕਿ ਉਹ ਰੇਟ ਕੌਣ ਆਉਣਾ, ਈਮੇਲ ਆਉਣੀ, ਲੋਡ ਬੁੱਕ ਕਰਨਾ, ਜਿਹੜੀ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਐਕਸਚੇਂਜ ਕਰਨੀ, ਕੋਈ ਵੀ ਇਹਦੇ ਲੋਡ ਰਿਲੇਟਡ ਪੇਪਰ ਵਰਕ ਆ ਉਹ ਸਾਰਾ ਮੇਰੇ ਮੈਂ ਕਰੂੰਗਾ ਨਾ ਇਸੇ ਚੀਜ਼ ਨਾ। ਨੋਟ ਓਨਲੀ ਤੁਹਾਨੂੰ ਲੋਡ ਲੱਭਣ ਦੇ 10%, ਇਹਨਾਂ ਚੀਜ਼ਾਂ ਦੀ ਵੀ ਕਮਿਸ਼ਨ ਆ ਨਾ, ਅਤੇ ਇਹਨਾਂ ਚੀਜ਼ਾਂ ਨੂੰ ਕਵਰ ਕਰਨ ਵਾਸਤੇ। ਅਤੇ ਉਹ ਫਿਰ ਉੱਦਾਂ ਹੀ ਫਿਰ ਉਹ ਮਤਲਬ ਕਿ ਡਿਸਪੈਚਰ ਜਿਹੜਾ ਲੋਡ ਲੱਭ ਕੇ ਦਿੰਦਾ ਅਤੇ ਉਹ ਫਿਰ ਵਿੱਚ ਆਪਣੀ 10% ਕਮਿਸ਼ਨ ਆਉਂਦਾ। ਅਤੇ ਉਹਦੇ ਨਾਲ ਕੰਮ ਇਹਨਾਂ ਦੇ ਨਾਲ ਡਿਸਪੈਚਰ ਦੇ ਨਾਲ ਕੰਮ ਕਰਨ ਦਾ ਥੋੜ੍ਹਾ ਜਿਹਾ ਵਾਧਾ ਇਹ ਆ, ਸਪੈਸ਼ਲੀ ਅੱਜ ਕੱਲ੍ਹ ਦੀ ਮਾਰਕੀਟ ਜਦੋਂ ਮਾਰਕੀਟ ਸਲੋ ਡਾਊਨ ਹੋ ਜਾਂਦੀ ਹੈ, ਜਦੋਂ ਮਾਰਕੀਟ ਥੋੜ੍ਹੀ ਸਲੋ ਡਾਊਨ ਹੋ ਜਾਂਦੀ ਹੈ ਉਦੋਂ ਸਿੰਗਲ ਬੰਦੇ ਨੂੰ ਲੋਡ ਲੱਭਣਾ ਬਹੁਤ ਔਖਾ, ਕਿਉਂਕਿ ਫਿਰ ਜਿਹੜੇ ਬ੍ਰੋਕਰ ਨੇ ਉਹਨਾਂ ਕੋਲ ਆਪਸ਼ਨਸ ਵੱਧ ਜਾਂਦੇ ਨੇ, ਉਹ ਸਿੰਗਲ ਬੰਦੇ ਨੂੰ ਲੋਡ ਦੇ ਕੇ ਖੁਸ਼ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਸਿੰਗਲ ਬੰਦਾ ਵਾ, ਇਹਦੀ ਇੰਸ਼ੋਰੈਂਸ ਵੀ ਇੰਨੀ ਕੁ ਹੋਣੀ ਆ, ਅਤੇ ਜੇ ਕੱਲ੍ਹ ਨੂੰ ਸਾਡਾ ਲੋਡ ਖਰਾਬ ਹੋ ਗਿਆ ਤਾਂ ਸਾਨੂੰ ਪ੍ਰੋਬਲਮ ਹੋਊਗੀ। ਉਹ ਘੱਟੋ ਘੱਟ ਸੋਚਦੇ ਵੀ ਘੱਟੋ ਘੱਟ ਇੱਦਾਂ ਦੀ ਕੰਪਨੀ ਹੋਏ ਨਾ ਜਿਹਦੇ ਕੋਲ 5-10-20 ਟਰੱਕ ਹੋਣ, ਵੀ ਉਹ ਥੋੜ੍ਹੀ ਜਿਹੀ ਰੈਪੂਟੇਬਲ ਕੰਪਨੀ ਆ, ਉਹਨਾਂ ਦੀ ਇੰਸ਼ੋਰੈਂਸ ਕਵਰੇਜ ਵੀ ਥੋੜ੍ਹੀ ਹਾਈ ਆ, ਅਤੇ ਆਪਾਂ ਉਹਨਾਂ ਨੂੰ ਲੋਡ ਦੇਈਏ ਨਾ। ਅਤੇ ਇੱਕ ਫਾਇਦਾ ਤਾਂ ਇਹ ਆ, ਤੁਹਾਨੂੰ ਲੋਡ ਮਿਲਣ ਦੇ ਚਾਂਸਿਸ ਵੱਧ ਜਾਂਦੇ ਆ ਜਦੋਂ ਤੁਸੀਂ ਇੱਦਾਂ ਦੀ ਕੰਪਨੀ ਨਾਲ ਕੰਮ ਕਰਦੇ ਆ। ਦੂਜੇ ਉਹਦੇ ਹੋਰ ਵੀ ਬੈਨੀਫਿਟ ਨੇ, ਜਦੋਂ ਤੁਸੀਂ 10-5-20 ਟਰੱਕਾਂ ਦਾ ਤੁਹਾਡੀ ਜਦੋਂ ਫਲੀਟ ਬਣ ਜਾਂਦੀ ਆ ਇੱਕ ਕੰਪਨੀ ਦੇ ਅੰਡਰ, ਸਾਰੇ ਟਰੱਕ ਆ ਗਏ, ਹਾਲਾਂਕਿ ਉਹਦੇ ਇੰਡੀਵਿਜੁਅਲਸ ਓਨਰਸ ਨੇ, ਬਟ ਉਹ ਸਾਰੇ ਇੱਕ ਟ੍ਰੀ ਦੇ ਅੰਦਰ ਆ ਗਏ ਕਿ ਇੱਕ ABC ਜਿਹੜੀ ਕੰਪਨੀ ਆ ਉਹਦੇ ਅੰਦਰ ਸਾਰੇ ਕੰਮ ਕਰਦੇ ਆ। ਫਿਰ ਉਹਨਾਂ ਨੂੰ ਜਿਹੜੀ ਇੰਸ਼ੋਰੈਂਸ ਆ, ਜਿਹੜੀ ਆਪਾਂ ਟਰੱਕ ਦੀ, ਆਪਾਂ 3 ਇੰਸ਼ੋਰੈਂਸ ਤੁਹਾਨੂੰ ਚਾਹੀਦੀਆਂ ਨੇ, ਇੱਕ ਟਰੱਕ ਦੀ ਇੰਸ਼ੋਰੈਂਸ, ਇੱਕ ਟ੍ਰੇਲਰ ਦੀ ਇੰਸ਼ੋਰੈਂਸ, ਅਤੇ ਵਿੱਚ ਇੰਕਲੂਡਸ ਯੋਰ ਤੁਹਾਡੇ ਵੀ ਫਿਜ਼ੀਕਲ ਡੈਮੇਜ ਉਹ ਕਵਰ ਕਰਦੀ ਆ। ਅਤੇ ਜਿਹੜੀ ਤੀਜੀ ਐਂਡ ਮੋਸਟ ਇੰਪੋਰਟੈਂਟ ਇੰਸ਼ੋਰੈਂਸ ਆ ਉਹ ਹੈ ਕਾਰਗੋ ਇੰਸ਼ੋਰੈਂਸ। ਕਾਰਗੋ ਇੰਸ਼ੋਰੈਂਸ ਕੀ ਹੈ, ਜਿਹੜਾ ਤੁਸੀਂ ਸਮਾਨ ਹੌਲ ਕਰ ਰਹੇ ਆ, ਜੇ ਕੱਲ੍ਹ ਨੂੰ ਕੋਈ ਗੱਲਬਾਤ ਹੁੰਦੀ ਆ ਜਿਹਦੇ ਵਿੱਚ ਐਕਸੀਡੈਂਟ ਹੋ ਗਿਆ ਅਤੇ ਤੁਹਾਡਾ ਪਿਛਲਾ ਨੋਟ ਓਨਲੀ ਤੁਹਾਡਾ ਟਰੱਕ ਖਰਾਬ ਹੋਇਆ, ਉਹ ਸਮਾਨ ਵੀ ਸਾਰਾ ਡੈਮੇਜ ਹੋ ਗਿਆ। ਜਿਹੜੀ ਕਾਰਗੋ ਇੰਸ਼ੋਰੈਂਸ ਆ ਉਹ ਬੇਸਿਕਲੀ ਤੁਹਾਡੇ ਕਾਰਗੋ ਨੂੰ ਕਵਰ ਕਰਦੀ ਆ। ਅਤੇ ਜਦੋਂ ਜਿੱਦਾਂ ਕਿ ਮੈਂ ਕਹਿਣ ਡਿਆ ਤੁਹਾਨੂੰ ਵੀ ਜਦੋਂ ਜੇ 20-25 ਟਰੱਕ ਜਿਹਦੇ ਕੋਲ ਹੈਗੇ ਆ, ਫਿਰ ਉਹਨਾਂ ਨੂੰ ਇੰਸ਼ੋਰੈਂਸ ਓਬਵੀਅਸਲੀ, ਕਿਉਂਕਿ ਰਿਸਕ ਫੈਕਟਰ ਘੱਟ ਜਾਂਦਾ, ਹੈ ਨਾ, ਇੱਕ ਇਕੱਠੇ 20 ਟਰੱਕਾਂ ਦਾ ਤਾਂ ਐਕਸੀਡੈਂਟ ਇੱਕ ਕੰਪਨੀ ਦਾ ਹੋਣ, ਜੇ ਕਿਸੇ ਕੋਲ ਇੱਕ ਟਰੱਕ ਆ ਅਤੇ ਇੱਕ ਟਰੱਕ ਦੇ ਐਕਸੀਡੈਂਟ ਹੋਣ ਦੇ ਜਿਹੜੇ ਜੇ ਤੁਸੀਂ ਕੱਢੋ ਪ੍ਰੋਬੇਬਿਲਿਟੀ ਆ ਜਿਹੜੀ ਉਹ ਜ਼ਿਆਦਾ ਵਾ, ਹੈ ਨਾ, ਅਤੇ ਉਸੇ ਕੰਪਨੀ 'ਚ ਜੇ 20 ਟਰੱਕ ਹੈ, 20-ਆਂ ਦਾ ਤਾਂ ਐਕਸੀਡੈਂਟ ਸੇਮ ਡੇ ਹੋ ਨਹੀਂ ਜਾਣਾ, ਹੈ ਨਾ। ਤਦ ਕਰਕੇ ਫਿਰ ਉਹ ਰਿਸਕ ਫੈਕਟਰ ਘੱਟ ਹੋਣ ਕਰਕੇ ਜਦੋਂ ਤੁਸੀਂ ਇੱਦਾਂ ਦੀ ਕੰਪਨੀ ਦਾ ਅੰਡਰ ਇੰਸ਼ੋਰੈਂਸ ਲੈਂਦੇ ਹਾਂ ਜਿਸ 'ਚ ਕਾਫੀ ਸਾਰੇ ਟਰੱਕ ਨੇ, ਫਿਰ ਤੁਹਾਡਾ ਪ੍ਰੀਮੀਅਮ ਕਾਫੀ ਲੋਅ ਹੁੰਦਾ ਸਿੰਗਲ ਨਾਲੋਂ, ਹੈ ਨਾ, ਕਾਫੀ ਫਰਕ ਪੈ ਜਾਂਦਾ। ਇੱਕ ਤਾਂ ਤੁਸੀਂ ਪੈਸੇ ਉੱਥੇ ਸੇਵ ਕਰਦੇ, ਦੂਜੀ ਥਿੰਗ ਇਹ ਆ ਜਦੋਂ ਤੁਸੀਂ ਇੱਦਾਂ ਇਹਦੇ ਵਿੱਚ ਆ ਗਏ, ਤੁਸੀਂ 20-25 ਟਰੱਕ ਹੈਗੇ ਤੁਹਾਡੀ ਕੰਪਨੀ 'ਚ, ਅਤੇ ਜਿਹੜਾ ਮੇਨ ਸਭ ਤੋਂ ਵੱਡਾ ਖਰਚਾ ਵਾ ਟਰੱਕ ਦਾ, ਸਭ ਤੋਂ ਵੱਡਾ ਐਕਸਪੈਂਸ ਜਿੱਥੇ ਸਭ ਤੋਂ ਜ਼ਿਆਦਾ ਪੈਸੇ ਤੁਹਾਡੇ ਲੱਗਦੇ ਆ, ਉਹ ਹੈਗਾ ਜੀ ਤੁਹਾਡਾ ਤੇਲ, ਫਿਊਲ। ਫਿਊਲ ਬਹੁਤ ਐਕਸਪੈਂਸਿਵ ਹੈ ਨਾ, ਅਤੇ ਤੁਹਾਡਾ ਜਿਹੜਾ ਫਿਊਲ ਹੀ ਤੁਹਾਡਾ ਮੇਜਰ ਐਕਸਪੈਂਸ ਆ। ਅਤੇ ਜਦੋਂ ਤੁਸੀਂ ਇੱਦਾਂ ਦੀ ਕੰਪਨੀ ਦੇ ਨਾਲ ਕੰਮ ਕਰਦੇ ਆ ਤਾਂ ਤੁਹਾਨੂੰ ਓਪਰਚੁਨਿਟੀਜ਼ ਹੁੰਦੀ ਆ ਕਿ ਤੁਸੀਂ ਕਿਸੇ ਫਿਊਲ ਐਸੋਸੀਏਸ਼ਨ ਦੇ ਮੈਂਬਰ ਬਣ ਸਕਦੇ ਹਾਂ। ਉਹਦੇ ਨਾਲ ਇਹ ਕੀ ਹੁੰਦਾ, ਜਦੋਂ ਤੁਸੀਂ ਉਹਨਾਂ ਦੇ ਮੈਂਬਰ ਬਣਦੇ ਆ, ਫੋਰ ਐਗਜ਼ਾਮਪਲ ATA, ਅਮੈਰੀਕਨ ਟਰੱਕਰ ਐਸੋਸੀਏਸ਼ਨ, OIDA, ਓਨਰ ਓਪਰੇਟਰ,
ਐਂਡ ਇੰਡੀਪੈਂਡੈਂਟ ਹੈ ਨਾ ਟਰੱਕਰਸ ਐਸੋਸੀਏਸ਼ਨ, ਅਤੇ ਉਹਦੇ ਨਾਲ ਇਹ ਉਹ ਤੁਹਾਨੂੰ ਇੱਕ ਫਿਊਲ ਕਾਰਡ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਤੁਹਾਨੂੰ 10 ਤੋਂ ਲੈ ਕੇ 20-25% ਤੱਕ ਤੁਹਾਨੂੰ ਫਿਊਲ ਡਿਸਕਾਊਂਟ ਮਿਲਦਾ ਹੈ ਨਾ, ਅਤੇ ਉਹ ਕਾਫੀ ਬਿੱਗ ਥਿੰਗ ਆ ਜੇ ਜਿੱਦਾਂ ਹੈ ਨਾ, ਜੇ 10 ਜਿੱਥੇ 100 ਡਾਲਰ ਦਾ ਤੇਲ ਪੈਣਾ ਹੈ ਨਾ ਉੱਥੇ 80 ਨਹੀਂ ਪੈਣਾ ਹੈ ਨਾ, ਕਈ ਵਾਰੀ ਉਹ ਤੋਂ ਵੀ ਸਸਤਾ ਪੈ ਜਾਂਦਾ, ਮਤਲਬ ਕਿ 10 ਤੋਂ ਲੈ ਕੇ 20-25% ਤੱਕ ਤੁਹਾਨੂੰ ਇੱਕ ਫਿਊਲ ਡਿਸਕਾਊਂਟ ਮਿਲਦਾ। ਅਤੇ ਜਿਹੜਾ ਇਨ ਦੀ ਐਂਡ ਕਹਿਣ ਦਾ ਭਾਵ ਇਹ ਆ, ਜਿਹੜੀ ਤੁਸੀਂ 7 ਤੋਂ ਲੈ ਕੇ 10% ਜਿਹੜੀ ਤੁਸੀਂ ਡਿਸਪੈਚ ਦਿੰਦੇ ਆ ਨਾ, ਉਹ ਬੇਸਿਕਲੀ ਆਹ ਚੀਜ਼ਾਂ 'ਚ ਹੀ ਕਵਰ ਹੋ ਜਾਂਦੀ ਆ, ਹੈ ਨਾ। ਅਤੇ ਇਸੇ ਕਰਕੇ ਇਹ ਬੈਨੀਫਿਟ ਆ ਤੁਹਾਨੂੰ ਇੱਦਾਂ ਦੀ ਕੰਪਨੀ ਦੇ ਨਾਲ ਕੰਮ ਕਰਨ ਦਾ ਨਾ, ਮਤਲਬ ਕਿ ਐਕਸਪੈਂਸਿਸ ਸਾਰੇ ਤੁਸੀਂ ਪੇ ਕਰਨੇ ਹੈ ਨਾ, ਤੁਹਾਨੂੰ ਇੱਕ ਫਿਊਲ 'ਚ ਡਿਸਕਾਊਂਟ ਮਿਲੂਗਾ, ਇੰਸ਼ੋਰੈਂਸ ਦੇ ਵਿੱਚ ਡਿਸਕਾਊਂਟ ਦੇਣੀ, ਇੰਸ਼ੋਰੈਂਸ ਤੁਸੀਂ ਹੀ ਆ ਪਰ ਤੁਹਾਨੂੰ ਡਿਸਕਾਊਂਟਡ ਪ੍ਰਾਈਸ 'ਤੇ ਮਿਲੂਗੀ ਨਾ। ਅਤੇ ਬਾਕੀ ਜਿਹੜੇ ਪੇਪਰ ਵਰਕ ਦੀ ਜਿਹੜੀ ਸਾਰੀ ਟੈਨਸ਼ਨ ਆ ਉਹ ਤੁਹਾਡੀ ਨਹੀਂ ਹੈਗੀ ਹੈ ਨਾ, ਤੁਸੀਂ ਲੋਡ ਚੱਕਣਾ ਅਤੇ ਲਾਉਣਾ ਓਨਲੀ, ਤੁਹਾਡੀ ਪੇਪਰ ਵਰਕ ਤੁਸੀਂ ਕੀ ਕਰਨਾ, ਰੋਡ ਟੈਕਸ ਤੁਸੀਂ ਆਪਣਾ ਆਪੇ ਭਰਨਾ, ਅਤੇ ਬਾਕੀ ਰਜਿਸਟ੍ਰੇਸ਼ਨਸ ਵਗੈਰਾ ਜਿਹੜੀਆਂ ਈਅਰਲੀ ਪੇਪਰ ਵਰਕ ਆ ਉਹ ਤਾਂ ਚਲੋ ਓਬਵੀਅਸਲੀ ਤੁਸੀਂ ਕਰਨਾ ਹੀ ਹੈ। ਅਤੇ ਆਹ ਜਿਹੜੀ ਕੈਟੇਗਰੀ 'ਚ ਆਪਣੇ ਬੰਦੇ ਹੁੰਦੇ, ਮੈਜੋਰਿਟੀ ਆਫ ਦਾ ਪੰਜਾਬੀ ਇਸੇ ਕੈਟੇਗਰੀ 'ਚ ਹੀ ਕੰਮ ਕਰਦੇ ਆ। ਅਤੇ ਹੁਣ ਗੱਲ ਆ ਗਈ ਕਿ ਇਹ ਕਿੰਨੇ ਕੁ ਪੈਸੇ ਬਣਾਉਂਦੇ ਆ ਜਿਹੜੇ ਆਹ ਵਾਲੀ ਕੈਟੇਗਰੀ 'ਚ ਕੰਮ ਕਰਦੇ ਆ। ਹੁਣ ਇਹ ਜਿਹੜੇ ਪੈਸੇ ਬਣਾਉਂਦੇ ਆ ਇਹਨਾਂ ਦਾ ਕੰਮ ਪਰ ਮਾਈਲ ਵਾਲਾ ਨਹੀਂ ਹੈਗਾ ਜੀ, ਇਹ ਆਲ ਈਅਰ ਅਰਾਊਂਡ ਸੇਮ ਪੈਸੇ ਨਹੀਂ ਬਣਾਉਂਦੇ। ਇਹਨਾਂ ਦੇ ਜਿਹੜੇ ਪੈਸੇ ਆ ਸਪੋਟ ਮਾਰਕੀਟ ਦੇ, ਉਹ ਡਿਪੈਂਡ ਕਰਦੇ ਜੀ ਮਾਰਕੀਟ ਦੇ ਉੱਤੇ ਕਿ ਮਾਰਕੀਟ ਕਿੱਦਾਂ ਦੀ ਚੱਲ ਰਹੀ ਹੈ ਨਾ, ਅਤੇ ਮਾਰਕੀਟ 'ਚ ਡਿਮਾਂਡ ਕਿੰਨੀ ਆ ਫਰੇਟ ਦੀ ਅਤੇ ਟਰੱਕਾਂ ਦੀ ਸਪਲਾਈ ਕਿੰਨੀ ਆ। ਜਦੋਂ ਫਰੇਟ ਦੀ ਡਿਮਾਂਡ ਜਿਹੜੀ ਵੱਧ ਜਾਂਦੀ ਆ ਅਤੇ ਟਰੱਕਾਂ ਦੀ ਸਪਲਾਈ ਘੱਟ ਜਾਂਦੀ ਆ, ਉਦੋਂ ਰੇਟ ਵੱਧ ਜਾਂਦੇ ਆ। ਅਤੇ ਜਦੋਂ ਟਰੱਕਾਂ ਦੀ ਸਪਲਾਈ ਜ਼ਿਆਦਾ ਵਾ ਅਤੇ ਫਰੇਟ ਦੀ ਡਿਮਾਂਡ ਘੱਟ ਆ, ਫਿਰ ਰੇਟ ਘੱਟ ਜਾਂਦੇ ਆ ਹੈ ਨਾ। ਅਤੇ ਇਹ ਫਲਕਚੁਏਟ ਹੁੰਦਾ ਰਹਿੰਦਾ ਜੀ, ਕਈ ਵਾਰੀ ਇਹ ਜਿੱਦਾਂ ਇਕੋਨਮੀ ਵਾਂਗੂ ਆ, ਇਹ 'ਚ ਬੂਮ ਵੀ ਆਉਂਦਾ ਰਿਸੈਸ਼ਨ ਵੀ ਆਉਂਦਾ, ਫਿਰ ਰਿਕਵਰੀ ਪੀਰੀਅਡ ਆਉਂਦਾ, ਫਿਰ ਬੂਮ ਆ ਜਾਂਦਾ, ਫਿਰ ਰਿਸੈਸ਼ਨ ਆ ਜਾਂਦਾ। ਅਤੇ ਇਹ ਕੋਈ ਪ੍ਰਿਡਿਕਟ ਨਹੀਂ ਕਰ ਸਕਦਾ ਹੈ ਨਾ ਕਿ ਅਗਲਾ ਸਾਲ ਕਿੱਦਾਂ ਦਾ ਹੋਊਗਾ। ਤੁਸੀਂ ਸਿਰਫ ਆਪਣੇ, ਜਿਹਨੂੰ ਕਹਿੰਦੇ ਪੰਜਾਬੀ 'ਚ ਸਿੱਧਾ ਤੁੱਕੇ ਲਾ ਸਕਦੇ ਹਾਂ ਵੀ ਹਾਂਜੀ ਗਰਮੀਆਂ 'ਚ ਕੰਮ ਵਧੀਆ ਹੋਊਗਾ ਅਤੇ ਠੰਡ 'ਚ ਘੱਟ ਹੋਊਗਾ, ਕਿਉਂਕਿ ਗਰਮੀਆਂ 'ਚ ਥੋੜ੍ਹੀ ਜਿਹੀ ਫਰੇਟ ਜ਼ਿਆਦਾ ਮੂਵ ਹੁੰਦਾ। ਬਟ ਹੋਰ ਵੀ ਬੜੇ ਸਾਰੇ ਫੈਕਟਰਸ ਨੇ ਜੀ ਇਹਦੇ ਵਿੱਚ, ਵੀ ਤੁਹਾਡੇ ਗਵਰਨਮੈਂਟ ਦੀਆਂ ਪੋਲਿਸੀਆਂ ਕਿੱਦਾਂ ਨੇ, ਇੰਪੋਰਟ ਐਕਸਪੋਰਟ ਕਿੰਨਾ ਹੋ ਰਿਹਾ ਅਤੇ ਆਪਣਾ ਪ੍ਰੋਡਕਸ਼ਨ ਕਿੰਨੀ ਹੋ ਰਹੀ ਹੈ ਇੰਡਸਟਰੀ ਦੇ ਵਿੱਚ, ਹੈ ਨਾ। ਵੀ ਜਦੋਂ ਫਰ ਸਿੱਧੀ ਹਿਸਾਬ ਹੋਈ ਵੀ ਜਦੋਂ ਡਿਮਾਂਡ ਜ਼ਿਆਦਾ ਵਾ ਫਰੇਟ ਦੀ, ਉਦੋਂ ਤੁਹਾਨੂੰ ਪ੍ਰਾਈਜ਼ ਵਧੀਆ ਮਿਲਣਗੇ, ਜਦੋਂ ਡਿਮਾਂਡ ਘੱਟ ਗਈ ਅਤੇ ਸਪਲਾਈ ਵੱਧ ਗਈ ਟਰੱਕਾਂ ਦੀ, ਅਤੇ ਫਿਰ ਤੁਹਾਨੂੰ ਪ੍ਰਾਈਜ਼ ਘੱਟ ਮਿਲਣਗੇ। ਅਤੇ ਜਿਵੇਂ ਕਰੰਟਲੀ, ਚਲੋ ਪਹਿਲਾਂ ਆਪਾਂ ਪਿਛਲੇ 2 ਸਾਲ ਦੀ ਗੱਲ ਕਰਦੇ ਹਾਂ, 2017 ਅਤੇ 2018 ਇਹ ਗੋਲਡਨ ਪੀਰੀਅਡ ਸੀਗਾ ਓਨਰ ਓਪਰੇਟਰਸ ਦੇ ਵਾਸਤੇ ਜਿਹੜੇ ਸਪੋਟ ਮਾਰਕੀਟ 'ਚ ਕੰਮ ਕਰਦੇ ਆ। ਉਹਨਾਂ ਨੇ ਬਹੁਤ ਪੈਸੇ ਬਣਾਏ ਕਿਉਂਕਿ ਕੰਮ ਬੂਮ 'ਤੇ ਸੀਗਾ ਪੂਰਾ, ਇੰਡਸਟਰੀਅਲ ਜਿੱਦਾਂ ਪ੍ਰੋਡਕਸ਼ਨ ਕਾਫੀ ਚੱਲ ਰਹੀ ਸੀ ਅਤੇ ਬਹੁਤ 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 ਵਧੀਆ ਰੇਟ ਮਿਲੇ ਲੋਕਾਂ ਨੇ ਨਵੇਂ, ਬਹੁਤ ਲੋਕਾਂ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਨੇ ਟਰੱਕ ਬਹੁਤ ਵਧਾਏ ਨੇ, ਹੈ ਨਾ। ਜਿਹੜਾ ਜਿਹਦੇ ਕੋਲ ਇਕੱਲਾ ਟਰੱਕ ਸੀ ਉਹਨੇ ਵੀ 2-3 ਹੋਰ ਪਾ ਕੇ ਨਾਲ ਡਰਾਈਵਰ ਰੱਖ ਲਏ ਕਿਉਂਕਿ ਕੰਮ ਹੀ ਇੰਨਾ ਵਧੀਆ ਚੱਲ ਰਿਹਾ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ, ਮੈਂ ਆਪਣੀ ਗੱਲ ਕਰਾਂ ਹੈ ਨਾ, ਕਿਸੇ ਦਾ ਤਾਂ ਮੈਂ ਐਗਜ਼ਾਮਪਲ ਮੈਨੂੰ ਪਤਾ ਨਹੀਂ ਹੁਣ ਕਿਸੇ ਦੀ ਜੇਬ 'ਚ ਕਿੰਨੇ ਪੈਸੇ ਆ। ਲਾਸਟ ਈਅਰ ਕੁਝ ਮਹੀਨੇ ਇੱਦਾਂ ਦੇ ਵੀ ਸੀਗੇ ਗਰਮੀਆਂ ਦੇ ਵਿੱਚ ਜਦੋਂ ਤੁਸੀਂ ਸਾਰੇ ਖਰਚੇ ਕੱਢ ਕੇ ਆਪਣੀ ਪੋਕਿਟ ਦੇ ਵਿੱਚ 12 ਤੋਂ ਲੈ ਕੇ 15,000 ਡਾਲਰ ਵੀ ਘਰ ਲੈ ਕੇ ਗਏ ਆ ਮੰਥਲੀ ਆਫਟਰ ਆਲ ਐਕਸਪੈਂਸਿਸ, ਹੈ ਨਾ। ਵੀ ਉਦੋਂ ਬੂਮ ਹੀ ਇੰਨਾ ਜ਼ਿਆਦਾ ਸੀਗਾ ਅਤੇ ਡਿਮਾਂਡ ਬਹੁਤ ਜ਼ਿਆਦਾ ਸੀ, ਫਰੇਟ ਬਹੁਤ ਜ਼ਿਆਦਾ ਮੂਵ ਹੋ ਰਿਹਾ ਸੀ, ਅਤੇ ਬਟ ਉਹਦੇ ਕੰਪੇਅਰ ਲੇਟ 2018 ਔਰ ਹੁਣ 2019 ਦਾ ਆਲਮੋਸਟ ਮਿਡ ਆ ਗਿਆ, ਹੁਣ ਆ ਗਿਆ ਜੀ ਰਿਸੈਸ਼ਨ ਟਾਈਮ। ਹੁਣ ਕੱਲ੍ਹ ਕੰਮ ਆਲਮੋਸਟ ਜੇ ਆਪਾਂ ਬੋਲਦਾ ਨਾ ਗਈ ਤਾਂ ਆਲਮੋਸਟ 30-50% ਰੇਟਸ ਘੱਟ ਆ, ਰੇਟਸ ਡਾਊਨ ਆ, ਹੈ ਨਾ। ਹੁਣ ਤੁਸੀਂ 30-50% ਜੇ ਰੇਟ ਘੱਟ ਆ, ਅਤੇ ਜੇ 30-50% ਜਦੋਂ ਰੇਟ ਘੱਟ ਹੁੰਦੇ ਆ, ਇਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਸੇਵਿੰਗ ਵੀ 30-50% ਘੱਟ ਹੋਈ, ਨਹੀਂ, ਤੁਹਾਡੀ ਸੇਵਿੰਗ ਉਸ ਤੋਂ ਜ਼ਿਆਦਾ ਘੱਟ ਹੋਈ ਆ, ਮਤਲਬ ਕਿ ਉਸ ਤੋਂ ਵੀ ਜ਼ਿਆਦਾ ਘੱਟ ਹੋਈ ਹੈ। ਮਤਲਬ ਕਿ ਜੇ 30% ਮਾਰਕੀਟ ਡਾਊਨ ਆ
ਲਾਸਟ ਈਅਰ ਨਾਲੋਂ, ਇਹਦਾ ਮਤਲਬ ਤੁਹਾਡੀ ਜਿਹੜੀ ਸੇਵਿੰਗ ਹੈ ਉਹ 30% ਨਹੀਂ ਘਟੀ, ਉਹ ਆਲਮੋਸਟ 50 ਤੋਂ ਲੈ ਕੇ 60% ਘੱਟ ਗਈ। ਉਹਦਾ ਰੀਜ਼ਨ ਇਹ ਆ, ਫੋਰ ਐਗਜ਼ਾਮਪਲ ਤੁਸੀਂ ਇੱਕ ਹਫ਼ਤੇ ਦੇ ਵਿੱਚ $6,000 ਦਾ ਕੰਮ ਕਰਦੇ ਸੀ ਪਹਿਲਾਂ, ਠੀਕ ਆ, ਅਤੇ ਤੁਹਾਡੇ ਖਰਚੇ ਸੀਗੇ ਲਾ ਲਓ ਤੁਸੀਂ $3,000 ਦੇ, ਹੈ ਨਾ, $3,000 ਦੇ ਖਰਚੇ ਸੀਗੇ ਅਤੇ ਤੁਸੀਂ $3,000 ਸੇਵ ਕਰਦੇ ਸੀ। ਹੁਣ ਅੱਜ ਦੀ ਮਾਰਕੀਟ 'ਚ ਜੇ ਤੁਸੀਂ ਕਹੋ, ਜੇ ਅੱਜ ਦੀ ਮਾਰਕੀਟ ਤੁਸੀਂ ਕਹੋ ਵੀ ਜੇ ਹੁਣ ਤੁਸੀਂ ਕੰਮ ਕਰ ਰਹੇ ਆ ਉਹੀ ਕੰਮ, ਸੇਮ ਕੰਮ ਤੁਸੀਂ ਕਰ ਰਹੇ ਹੋ, ਪਰ ਉਹ 6,000 ਦਾ ਛੱਡ ਕੇ ਉਹ ਸਿਰਫ ਕੰਮ ਹੋ ਰਿਹਾ 4,500 ਦਾ, ਠੀਕ ਹੈ ਨਾ, ਤਾਂ ਉਹਦੇ ਮੈਂ ਦੇਖੋ ਨਾ 30% ਘਟਿਆ, ਸਿਰਫ 4,500 ਦਾ ਕੰਮ ਹੋ ਰਿਹਾ। ਪਰ ਜਿਹੜੇ ਤੁਹਾਡੇ ਖਰਚੇ ਆ ਉਹ 45, ਉਹ 3,000 ਤੋਂ ਘੱਟ ਕੇ ਜਿੱਦਾਂ 2,000 ਨਹੀਂ ਹੋਏ, ਖਰਚੇ ਤੁਹਾਡੇ ਸਟਿਲ 3,000 ਆ, ਅਤੇ ਫਿਰ ਤੁਹਾਡੀ ਸੇਵਿੰਗ ਜਿਹੜੀ 3,000 ਦੀ ਸੀ, ਹੈ ਨਾ, ਉਹ ਰਹਿ ਗਈ ਹੁਣ 4,500 ਮਾਈਨਸ 3,000 1,500, ਹੈ ਨਾ, ਸੇਵਿੰਗ ਤੁਹਾਡੀ 50% ਘੱਟ ਗਈ ਅਤੇ ਕੰਮ ਤੁਹਾਡਾ ਸਿਰਫ 30% ਘਟਿਆ। ਅਤੇ ਤੁਸੀਂ ਜੇ ਇੱਦਾਂ, ਇਹ ਇੱਕ ਐਗਜ਼ਾਮਪਲ ਆ, ਮੇ ਬੀ ਇਹ ਨੰਬਰਸ ਕਰੈਕਟ ਨਹੀਂ ਹੈ, ਬਟ ਇੱਦਾਂ ਜੇ ਤੁਸੀਂ ਇੱਦਾਂ ਰਿਲੇਸ਼ਨ ਦੇ ਵਿੱਚ ਦੇਖੋ ਤਾਂ ਜਿਹੜਾ ਹੁਣ 2019 ਆ ਇਹਦੇ ਵਿੱਚ ਕਾਫੀ ਮੁਸ਼ਕਿਲ ਹਾਲਤ ਆ ਰਹੀ ਆ। ਮੈਂ ਸਿੱਧੀ ਆਪਾਂ ਇੱਥੇ ਗੱਪ ਮਾਰਨ ਵਾਲੀ ਕੋਈ ਗੱਲ ਨਹੀਂ ਹੈਗੀ ਕਿ ਆਪਾਂ ਬਹੁਤ ਪੈਸੇ ਬਣਾਉਂਦੇ ਹਾਂ। ਇਸ ਟਾਈਮ ਜਿਹੜਾ ਓਨਰ ਓਪਰੇਟਰ ਸਪੋਟ ਮਾਰਕੀਟ ਦੇ ਵਿੱਚ ਕੰਮ ਕਰ ਰਿਹਾ ਉਹ ਕਾਫੀ ਡਾਊਨ ਜਾ ਰਿਹਾ, ਕਿਉਂਕਿ ਇਹ ਰਿਸੈਸ਼ਨ ਪੀਰੀਅਡ ਚੱਲ ਰਿਹਾ ਹੁਣ ਟਰਕਿੰਗ ਦਾ 2019। ਇਹਦੇ ਪਿੱਛੇ ਕਈ ਕਾਰਨ ਨੇ, ਹੈ ਨਾ, ਹੁਣ ਕੁਝ ਕਾਰਨ ਤਾਂ ਸੀਗੇ ਕਿ ਕਈ, ਮਤਲਬ ਕਿ ਹਰੇਕ ਦਾ ਆਪਣੀ ਆਪਣੀ ਰੀਜ਼ਨਿੰਗ ਆ, ਹੈ ਨਾ, ਕੋਈ ਕਾਰਨ ਇਹ ਕਹਿੰਦਾ ਕਿ ਅਮੈਰੀਕਾ ਨੇ ਰੀਸੈਂਟਲੀ ਲਾਸਟ ਈਅਰ ਦੇ ਐਂਡ ਵਿੱਚ ਟੈਰਿਫਸ ਲਾਤੇ ਨੇ ਇੰਪੋਰਟ ਦੇ ਉੱਤੇ ਚਾਈਨਾ ਤੋਂ, ਮੈਕਸੀਕੋ ਅਤੇ ਔਰ ਕੈਨੇਡਾ ਔਰ ਯੂਰਪ ਤੋਂ। ਔਰ ਜਿਹੜਾ ਅਮੈਰੀਕਾ ਵਾ ਇਹਦਾ ਸਭ ਤੋਂ ਜ਼ਿਆਦਾ ਇੰਪੋਰਟ ਇਹਨਾਂ ਕੰਟਰੀਆਂ ਦੇ ਵਿੱਚੋਂ ਹੀ ਆਉਂਦਾ ਵਾ, ਹੈ ਨਾ, ਅਤੇ ਹੁਣ 25% ਟੈਰਿਫ ਲੱਗਾ, ਅਤੇ 25% ਟੈਰਿਫ ਲੱਗਣ ਦੇ ਕਾਰਨ ਤੁਸੀਂ ਇੰਪੋਰਟ ਕਾਫੀ ਘੱਟ ਗਿਆ। ਹੁਣ ਜੇ ਇੰਪੋਰਟ ਹੀ ਨਹੀਂ ਆ ਰਿਹਾ ਬਾਹਰੋਂ, ਸਮਾਨ ਹੀ ਨਹੀਂ ਆ ਰਿਹਾ, ਅਤੇ ਅਸੀਂ ਅੱਗੇ ਕਿਆ ਡਿਲੀਵਰ ਕਰਨਾ, ਇਸ ਕਰਕੇ ਹੁਣ ਟਰੱਕ ਵੱਧ ਗਏ ਨੇ ਅਤੇ ਡਿਮਾਂਡ ਫੋਰ ਫਰੇਟ ਘੱਟ ਗਈ ਹੈ, ਹੈ ਨਾ, ਕਿਉਂਕਿ ਉਹ ਇੰਪੋਰਟ ਇੰਨਾ ਜ਼ਿਆਦਾ ਲੱਗਾ ਕਿ ਉਹ ਕੰਟਰੀਆਂ ਹਜੇ ਫਿਗਰ ਆਊਟ ਕਰ ਰਹੀਆਂ ਕਿ ਸਾਨੂੰ ਉੱਥੇ ਸਮਾਨ ਭੇਜਣ ਦਾ ਕੋਈ ਫਾਇਦਾ ਹੈਗਾ ਵੀ ਆ ਕਿ ਨਹੀਂ ਹੈਗਾ, ਹੈ ਨਾ, ਸਾਡਾ ਸਮਾਨ, ਕਿਉਂਕਿ ਸਮਾਨ ਮਹਿੰਗਾ ਹੋ ਜਾਣਾ ਅਤੇ ਉਹ ਹੁਣ ਇਹ ਸੋਚ ਰਹੇ ਵੀ ਸਾਡਾ ਸਮਾਨ ਤਾਂ ਵਿਕਣਾ ਨਹੀਂ, ਹੈ ਨਾ, ਜੇ ਮਹਿੰਗਾ ਹੋ ਗਿਆ, ਅਤੇ ਇਸ ਕਰਕੇ ਇਹ ਬਹੁਤ ਵੱਡਾ ਫੈਕਟਰ ਆ ਰਿਸੈਸ਼ਨ ਦਾ ਟਰੈਕਿੰਗ ਦੇ ਵਿੱਚ ਅਮੈਰੀਕਾ ਦੇ ਇਸ ਟਾਈਮ। ਅਤੇ ਇਸ ਚੀਜ਼ ਨੇ ਕੈਨੇਡਾ ਨੂੰ ਵੀ ਬਹੁਤ ਵੱਡਾ ਇਫੈਕਟ ਦਿੱਤਾ, ਕਿਉਂਕਿ ਅਮੈਰੀਕਾ ਤਾਂ ਫਿਰ ਵੀ ਇਟਸੈਲਫ ਕਾਫੀ ਵੱਡੀ ਕੰਟਰੀ ਆ ਅਤੇ ਆਲਮੋਸਟ 35 ਕਰੋੜ ਦੀ ਪਾਪੂਲੇਸ਼ਨ ਆ, ਅਤੇ ਇਹ ਬਹੁਤ ਵੱਡਾ ਕੰਜ਼ਿਊਮਰ ਵੀ ਆ ਅਤੇ ਬਹੁਤ ਵੱਡਾ ਪ੍ਰੋਡਕਸ਼ਨਿਸਟ ਵੀ ਹੈ, ਅਤੇ ਬਹੁਤ ਚੀਜ਼ਾਂ ਬਣਦੀਆਂ ਵੀ ਨੇ ਅਤੇ ਬਹੁਤ ਚੀਜ਼ਾਂ ਦੀ ਖਪਤ ਵੀ ਹੁੰਦੀ ਆ, ਤਦ ਕਰਕੇ ਫਿਰ ਇੱਥੇ ਤਾਂ ਫਿਰ ਵੀ ਸਿੱਕਾ ਘੁੰਮੀ ਜਾਂਦਾ। ਪਰ ਜਿਹੜਾ ਕੈਨੇਡਾ ਵਾ ਉਹਦੀ ਸਾਰੀ ਇਕੋਨਮੀ ਅਮੈਰੀਕਾ, ਸਾਰੀ ਨਹੀਂ ਪਰ ਕਾਫੀ ਵੱਡਾ ਹਿੱਸਾ ਕੈਨੇਡਾ ਦੀ ਇਕੋਨਮੀ ਦਾ ਅਮੈਰੀਕਾ 'ਤੇ ਡਿਪੈਂਡ ਕਰਦਾ। ਹੁਣ ਅਮੈਰੀਕਾ ਨੇ ਕੈਨੇਡਾ ਤੋਂ ਵੀ ਜਿਹੜੇ ਗੁੱਡਸ ਹੁੰਦੇ ਆ ਉਹ 'ਚ 25% ਟੈਰਿਫ ਲਾ ਤਾ, ਇਸ ਕਰਕੇ ਕੈਨੇਡੀਅਨ ਜਿਹੜੀਆਂ ਕੰਪਨੀਆਂ ਨੇ ਉਹ ਆਪਣਾ ਸਮਾਨ ਅਮੈਰੀਕਾ ਨੂੰ ਭੇਜ ਨਹੀਂ ਰਹੀਆਂ, ਕਿਉਂਕਿ ਉਹਨਾਂ ਨੂੰ ਉਹ 'ਚ ਨੁਕਸਾਨ ਆ, ਇਸ ਕਰਕੇ ਉਹਨਾਂ ਦਾ ਵੀ ਫਰੇਟ ਬਹੁਤ ਘੱਟ ਆ ਰਿਹਾ ਵਾ। ਤੁਸੀਂ ਜੋ ਟੀ ਵੀ 'ਤੇ ਦੇਖਦੇ ਆ ਕਿ ਗਾਣਿਆਂ ਦੇ ਵਿੱਚ, ਹੈ ਨਾ, ਕਿ ਬੱਲੇ ਬੱਲੇ ਟਰੱਕਾਂ ਵਾਲਿਆਂ ਦੀ ਹੋਈ ਪਈ ਆ, ਉਹ ਗੱਲ ਨਹੀਂ ਹੈਗੀ, ਹੈਗੀ ਆ, ਮਤਲਬ ਕਿ ਦੇ ਆਰ ਸਟਿਲ ਲਿਵਿੰਗ ਗੁੱਡ ਲਾਈਫ, ਔਡ ਜੋਬ ਨਾਲੋਂ ਹਲੇ ਵੀ ਕਾਫੀ ਜ਼ਿਆਦਾ ਪੈਸੇ ਬਣਾਉਂਦਾ ਟਰੱਕ ਵਾਲਾ, ਬਟ ਇਸ ਟਾਈਮ ਰਿਸੈਸ਼ਨ ਹੋਣ ਕਰਕੇ ਜਿਹੜੇ ਸਪੈਸ਼ਲੀ ਕੈਨੇਡੀਅਨ ਟਰੱਕਰਸ ਨੇ ਉਹਨਾਂ ਨੂੰ ਲੋਡ ਨਹੀਂ ਮਿਲਦੇ ਅਮੈਰੀਕਾ ਦੇ, ਕਿਉਂਕਿ ਲੋਡ ਇੰਨੇ ਅਵੇਲੇਬਲ ਨਹੀਂ ਹੈਗੇ ਮਾਰਕੀਟ 'ਚ, ਅਤੇ ਇਸ ਕਰਕੇ ਉਹ ਵੀ ਦੇ ਆਰ ਗੋਇੰਗ ਥਰੂ ਹਾਰਡ ਟਾਈਮ, ਕਿਉਂਕਿ ਉਹਨਾਂ ਦੀ ਜਿਹੜੀ ਟਰੈਕਿੰਗ ਆ ਉਹ ਨਾਟ ਡਾਇਰੈਕਟਲੀ ਇਨਡਾਇਰੈਕਟਲੀ ਉਸੇ ਡਾਇਰੈਕਟਲੀ ਨਿਰਭਰ ਕਰਦੀ ਹੈ ਜੀ ਅਮੈਰੀਕਾ ਦੇ ਉੱਤੇ, ਹੈ ਨਾ, ਕਿਉਂਕਿ ਉਹ ਜੋ ਕੈਨੇਡਾ ਦੇ ਵਿੱਚ ਸਿਰਫ ਅਮੈਰੀਕਾ ਦੀ, ਕੈਨੇਡਾ ਦੀ ਪਾਪੂਲੇਸ਼ਨ ਸਾਰੀ 3.5 ਕਰੋੜ ਆ, ਅਤੇ ਉਹ ਇੰਨਾ ਸਮਾਨ ਆਪ ਯੂਜ਼ ਨਹੀਂ ਕਰ ਸਕਦੇ, ਹੈ ਨਾ, ਤਾਂ ਉਹਨਾਂ ਨੂੰ ਆਪਣਾ ਸਮਾਨ ਜਿਹੜਾ ਬਣਾ ਕੇ ਦੂਜੀਆਂ ਕੰਟਰੀਆਂ ਨੂੰ ਵੇਚਣਾ ਪੈਂਦਾ, ਔਰ ਮੈਜੋਰਟੀ ਆਫ ਦਾ ਸਮਾਨ ਉਹ ਅਮੈਰੀਕਾ ਨੂੰ ਵੇਚਦੇ, ਹੈ ਨਾ, ਅਤੇ ਜੇ ਅਮੈਰੀਕਾ ਦੇ ਵੇਖ ਖਰੀਦ ਹੀ ਨਹੀਂ ਰਿਹਾ ਉਹਨਾਂ ਦਾ ਸਮਾਨ, ਹੈ ਨਾ, ਅਤੇ ਫਿਰ ਉਹ ਕੀ ਲੈ ਕੇ ਆਉਣਗੇ ਇੱਥੇ। ਇਹ ਗੱਲ ਆ ਗਈ ਵੀ ਇਸ ਟਾਈਮ ਟਰੈਕਿੰਗ ਦੇ ਵਿੱਚ ਸਲੋ ਡਾਊਨ ਆ, ਹੈ ਨਾ। ਹੋਰ ਹੁਣ ਜੇ ਤੁਸੀਂ ਗੱਲ ਕਰੋ ਕਿ ਇਹਦੇ ਵਿੱਚ ਇਹ ਨਹੀਂ ਹੈ, ਤੁਸੀਂ ਐਵਰੇਜ ਨਹੀਂ ਘੱਟ ਸਕਦੇ ਇੱਕ ਓਨਰ ਓਪਰੇਟਰ ਦੀ ਜਿਹੜਾ ਸਪੋਟ ਮਾਰਕੀਟ 'ਚ ਕੰਮ ਕਰਦਾ, ਕਿ ਉਹ ਵੀਕ ਦੇ ਜਾਂ ਮੰਥ ਦੇ ਕਿੰਨੇ ਪੈਸੇ ਬਣਾਉਂਦਾ, ਲਾਈਕ ਇਸ ਕਿ ਲਾਸਟ ਈਅਰ ਮੰਥ ਦੇ $12,000 to $15,000 ਵੀ ਬਣਾ ਰਿਹਾ ਸੀ ਓਨਰ ਓਪਰੇਟਰ ਬੜੇ ਆਰਾਮ ਨਾਲ, ਹੈ ਨਾ, ਘੱਟ ਕੰਮ ਕਰਕੇ। ਹੁਣ
ਇਸ ਸਾਲ ਤੁਸੀਂ ਵੱਧ ਕੰਮ ਕਰਕੇ ਵੀ, ਹੁਣ ਜਿੱਦਾਂ ਮੈਂ ਆਪਣੀ ਐਗਜ਼ਾਮਪਲ ਲਵਾਂ ਤੇ ਤੁਸੀਂ, ਮੈਂ ਕੰਮ ਜ਼ਿਆਦਾ ਕਰ ਰਿਹਾ ਪਰ ਮੇਰੀ ਗਰੋਸ ਘੱਟ ਆ ਲਾਸਟ ਈਅਰ ਨਾਲ, ਅਤੇ ਜੇ ਗਰੋਸ ਘੱਟ ਆ ਤਾਂ ਓਬਵੀਅਸਲੀ ਲੈ ਕੇ ਸੈਟ ਖਰਚੇ ਮੇਰੇ ਉਨੇ ਹੀ ਆ, ਗਰੋਸ ਘੱਟ ਆ ਤਾਂ ਓਬਵੀਅਸਲੀ ਮੇਰਾ ਪ੍ਰੋਫਿਟ ਕਾਫੀ ਘੱਟ ਗਿਆ। ਅਤੇ ਜੇ ਸਿੱਧਾ ਸਿੱਧਾ ਹਿਸਾਬ ਲਾਈਏ, ਤੁਹਾਨੂੰ ਸਿੱਧੀ ਪਲੇਨ ਲੈਂਗੁਏਜ ਦੱਸੀਏ, ਅੱਜ ਜੇ ਜਿਹੜਾ ਓਨਰ ਓਪਰੇਟਰ ਆਪਣਾ ਟਰੱਕ ਆਪ ਚਲਾ ਰਿਹਾ ਸਪੋਟ ਮਾਰਕੀਟ ਦੇ ਵਿੱਚ, ਉਹਨੂੰ ਸਿਰਫ ਆਪਣੀ ਡਰਾਈਵਰ ਦੀ ਪੇ ਬਚ ਰਹੀ ਆ, ਉਹ ਉਹਦੇ ਉਹਦੇ ਉਹ ਤੋਂ ਉੱਪਰ ਉਹਨੂੰ ਪੈਸੇ ਨਹੀਂ ਬਚ ਰਹੇ। ਅਤੇ ਜਿੱਦਾਂ ਆਪਾਂ ਲਾਸਟ ਵੀਡੀਓ 'ਤੇ ਕਵਰ ਕੀਤਾ ਕਿ ਡਰਾਈਵਰ ਦੀ ਪੇ $6,000 to $7,000 ਤੱਕ ਡਰਾਈਵਰ ਦੀ ਪੇ ਬਣਦੀ ਆ, ਹੈ ਨਾ, ਅਤੇ ਇੰਨੇ ਹੀ ਪੈਸੇ ਜਿਹੜਾ ਟਰੱਕ ਆਪਣਾ ਆਪ ਚਲਾਉਂਦਾ ਬੇਸਿਕਲੀ, ਜਿਹੜੇ ਉਹ ਜੇ ਆਪਣੀ ਪੇ ਕੱਢਦਾ ਵਾ ਇੰਨੀ, ਤਾਂ ਉਹ ਪੇ ਹੀ ਉਹਨੂੰ ਬਚਦੀ ਆ, ਜਿਹੜੇ ਉਤਲੇ ਉਹਦੇ ਪ੍ਰੋਫਿਟ ਸੀ, ਕਿਸੇ ਮੰਥ ਆਜੂਗਾ ਉਹਨੂੰ 500, ਕਿਸੇ 500 ਪੱਲਿਓਂ ਬਹਿ ਜੂਗਾ ਅੱਜ ਦੇ ਟਰੱਕ ਰੇਟਸ ਦੇ ਹਿਸਾਬ ਨਾਲ। ਅਤੇ ਉਹ ਲੈ ਕੇ ਸੈਟ ਕਿ ਉਹ ਸਿਰਫ ਪੇ ਹੀ ਬਚਾ ਰਿਹਾ, ਉਹਦੀ $6,000 to $7,000 ਹੀ ਉਹ ਬਚਾ ਰਿਹਾ। ਇਹ ਫੈਕਟ ਆ, ਇਹ ਜੇ ਤੁਸੀਂ ਅੱਜ ਕਿਸੇ ਹੋਰ ਓਨਰ ਓਪਰੇਟਰ ਨਾਲ ਵੀ ਅੱਜ ਦੀ ਡੇਟ 'ਚ ਗੱਲ ਕਰੋਗੇ, ਆਈ ਥਿੰਕ ਉਹ ਇੰਨਾ ਗਰੀ ਹੋਊਗਾ ਕਿ ਮਾਰਕੀਟ ਬਹੁਤ ਡਾਊਨ ਆ, ਕਾਫੀ ਲੋਕ ਵਰਿਡ ਨੇ ਜੇ ਇੱਦਾਂ ਹੀ ਕੰਮ ਚੱਲਦਾ ਰਿਹਾ, ਹੈ ਨਾ। ਇਹ ਤਾਂ ਜਿਹੜਾ ਬੰਦਾ ਆਪਣਾ ਇੱਕ ਟਰੱਕ ਆਪ ਚਲਾਉਂਦਾ, ਹੈ ਨਾ, ਉਹ ਤਾਂ ਸਰਵਾਈਵ ਕਰ ਰਿਹਾ ਕਿਉਂਕਿ ਚਲੋ ਖਰਚੇ ਵੀ ਨਿਕਲ ਰਹੇ ਨੇ, ਫਿਰ ਵੀ ਉਹ 6-7 ਹਜ਼ਾਰ ਆਪਣੀ ਜਿਹੜੀ ਪੇ ਆ ਘਰ ਲੈ ਕੇ ਜਾ ਰਿਹਾ। ਬਟ ਜੇ ਕਿਸੇ ਨੇ ਡਰਾਈਵਰ ਹਾਇਰ ਕੀਤਾ ਹੋਇਆ ਟਰੱਕ 'ਤੇ, ਹੈ ਨਾ, ਇੱਕ ਟਰੱਕ ਉਹ ਆਪ ਚਲਾਉਂਦਾ, ਇੱਕ ਉਹਨੇ ਡਰਾਈਵਰ, ਇੱਕੋ ਹੀ ਇੱਕ ਟਰੱਕ ਉਹਨੇ ਬਾਏ ਕਰਕੇ, ਹੈ ਨਾ, ਉੱਥੇ ਡਰਾਈਵਰ ਰੱਖ ਲਿਆ ਕਿ ਚਲੋ ਉਹ ਇਸ ਟਾਈਮ 6-5 'ਚ ਆ ਕਿ ਉਹ, ਕਿਉਂਕਿ ਉਹ ਘਰ ਉਹਨੂੰ ਟਰੱਕ 'ਚੋਂ ਇੰਨੇ ਪੈਸੇ ਕਿ ਕੋਈ ਪੈਸਾ ਨਹੀਂ ਬਚ ਰਿਹਾ, ਉਹ ਸਿਰਫ ਉਹ ਡਰਾਈਵਰ ਦੀ ਪੇ ਦੇ ਰਿਹਾ, ਹੈ ਨਾ, ਅਤੇ ਉਹ ਬਸ ਇਸੇ ਗੱਲ ਨੂੰ ਸੋਚਦਾ ਕਿ ਜੇ ਟਰੱਕ ਦਾ ਕੋਈ ਨੁਕਸਾਨ ਹੋ ਜਾਂਦਾ ਫਿਰ ਉਹਨੂੰ ਪ੍ਰੋਬਲਮ ਆਏਗੀ, ਹੈ ਨਾ, ਫਿਰ ਉਹਨੂੰ ਜੇਬ 'ਚ ਪੈਸੇ ਖਰਚਣੇ ਪੈਣਗੇ। ਅਤੇ ਆਮ ਸੋਰੀ, ਮੈਂ ਕੰਪਲੀਟਲੀ ਆਊਟ ਆਫ ਟੋਪਿਕ ਚੱਲ ਗਿਆ, ਕਿਉਂਕਿ ਮੈਂ ਸਿੱਧੀ ਗੱਲ ਇਹ ਹੈ, ਮੈਂ ਤੁਹਾਨੂੰ ਇਹ ਨਹੀਂ ਦੱਸਣ ਕਹਿਣਾ ਚਾਹੁੰਦਾ ਨਾ, ਕਿਉਂਕਿ ਜੋ ਵੀ ਆਪਾਂ ਅੱਜ May 2019 ਦੇ ਵਿੱਚ ਗੱਲ ਕਰ ਰਹੇ ਹਾਂ ਕਿ ਇੱਕ ਓਨਰ ਓਪਰੇਟਰ ਕਿੰਨੇ ਪੈਸੇ ਬਣਾਉਂਦਾ, ਅਤੇ ਮੈਂ ਅੱਜ ਦੀ ਗੱਲ ਕਰ ਸਕਦਾ ਕਿ ਅੱਜ ਓਨਰ ਲਾਸਟ ਈਅਰ ਕੀ ਬਣਾਉਂਦਾ ਸੀ, ਉਹ ਟੋਟਲੀ ਡਿਫਰੈਂਟ ਸੀ, ਹੈ ਨਾ। ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਉਹ ਲਾਸਟ ਈਅਰ ਤਾਂ $12,000-15,000 ਬਣਾਈ ਜਾਂਦਾ ਸੀ ਬੰਦਾ ਮਹੀਨੇ 'ਤੇ, ਇਸ ਟਾਈਮ ਜਿਹੜਾ ਓਨਰ ਓਪਰੇਟਰ ਆ 5-5.5 ਦਿਨ ਕੰਮ ਕਰਕੇ, ਹੈ ਨਾ, 5 ਦਿਨ ਘਰੋਂ ਬਾਹਰ ਰਹਿ ਕੇ ਮਹੀਨੇ ਦੇ ਐਂਡ ਦੇ ਵਿੱਚ ਉਹ $6,000 to $7,000 ਬਣਾ ਰਿਹਾ ਸਪੋਟ ਮਾਰਕੀਟ, ਕਿਉਂਕਿ ਸਪੋਟ ਮਾਰਕੀਟ ਦੇ ਰੇਟਸ ਬਹੁਤ ਡਾਊਨ ਨੇ। ਤੁਸੀਂ ਬ੍ਰੋਕਰਸ ਨੂੰ ਕਾਲ ਕਰਦੇ ਆ ਅਤੇ ਪਹਿਲੀ ਗੱਲ ਤਾਂ ਲੋਡ ਨਹੀਂ ਅਵੇਲੇਬਲ ਹੁੰਦੇ, ਹੈ ਨਾ, ਜਿੱਦਾਂ ਮੈਂ ਅੱਜ ਲੋਡ ਲਾ ਕੇ ਹੁਣ ਵੇਟ ਕਰ ਰਿਹਾ ਕੱਲ੍ਹ ਲੋਡ ਚੱਕਣ ਦੀ, ਇੱਦਾਂ ਪਹਿਲਾਂ ਕਦੇ ਨਹੀਂ ਸੀ ਹੁੰਦਾ। ਤੁਸੀਂ ਇੱਧਰ ਲੋਡ ਲਾਓ, ਲੋਡ ਬੋਰਡ 'ਤੇ ਜਾਓ, ਲੋਡ ਲੱਭੋ ਰਾਈਟ ਵੇ ਤੁਸੀਂ ਬੁੱਕ ਕਰਕੇ, ਹੈ ਨਾ, ਚੱਲ ਪੈਂਦੇ ਸੀ ਕਿਉਂਕਿ ਲੋਡ ਜੀ ਇੰਨੇ ਅਵੇਲੇਬਲ ਸੀ। ਹੁਣ ਲੋਡ ਅਵੇਲੇਬਲ ਨਹੀਂ ਹੈਗੇ ਅਤੇ ਇਸ ਕਰਕੇ ਬ੍ਰੋਕਰਸ ਨੇ ਪ੍ਰਾਈਸ ਬਹੁਤ ਸੁੱਟਤੇ, ਕਿਉਂਕਿ ਉਹਨਾਂ ਕੋਲ ਟਰੱਕ ਬਹੁਤ ਅਵੇਲੇਬਲ ਨੇ, ਜੇ ਤੁਸੀਂ ਉਹਨਾਂ ਤੋਂ ਲੋਡ ਨਹੀਂ ਚੱਕਦੇ ਤਾਂ ਕੋਈ ਹੋਰ ਚੁੱਕੂਗਾ, ਅਤੇ ਓਬਵੀਅਸਲੀ, ਹੈ ਨਾ, ਹਰ ਕੋਈ ਚਾਹੁੰਦਾ ਕਿ ਸਾਡਾ ਵੀ ਚੀਪ ਪੈਸਿਆਂ ਦੇ ਵਿੱਚ ਲੋਡ ਕਵਰ ਹੋਏ, ਹੈ ਨਾ, ਕਿਉਂਕਿ ਉਹਨਾਂ ਕੋਲ ਵੀ ਲੋਡ ਵੇਚਣ ਨੂੰ ਵੀ ਘੱਟ ਨੇ, ਹੈ ਨਾ, ਇਹ ਅਸੀਂ ਇਹ ਨਹੀਂ ਕਹਿੰਦੇ ਵੀ ਬ੍ਰੋਕਰ ਜ਼ਿਆਦਾ ਪੈਸੇ ਬਣਾਉਣ ਡੇ ਆ। ਬ੍ਰੋਕਰ ਕੋਲ ਜੇ ਪਹਿਲਾਂ ਉਹ ਇੱਕ ਦਿਹਾੜੀ ਦਾ 100 ਲੋਡ ਵੇਚਦਾ ਸੀ, ਹੈ ਨਾ, ਹੁਣ ਉਹਦੇ ਕੋਲ ਲੋਡ ਹੀ 40 ਨੇ ਜਾਂ 50 ਨੇ, ਹੈ ਨਾ, ਅਤੇ ਫਿਰ ਉਹ ਉਹਨੇ ਪ੍ਰੋਫਿਟ ਮਾਰਜਨ ਆਪਣਾ ਉਹਨਾਂ 40-50 ਚੋਂ ਵਧਾਉਣਾ ਹੀ, ਹੈ ਨਾ, ਤਦ ਹੀ ਉਹਦੇ ਲੋਡ ਕਵਰ ਹੋ ਗਏ। ਅਤੇ ਆਪ ਮੈਂ ਬਹੁਤ ਆਫ ਟੋਪਿਕ ਚੱਲ ਗਿਆ ਮੈਨੂੰ ਲੱਗਦਾ ਇਹ ਗੱਲਾਂ ਦਾ, ਬਟ ਇਹ ਸੱਚਾਈ ਆ, ਹੈ ਨਾ, ਇਹ ਇਸ ਟਾਈਮ ਜਿਹੜੀ ਅਮੈਰੀਕਾ ਟਰੈਕਿੰਗ ਦੇ ਵਿੱਚ, ਬਟ ਇਹ ਨਹੀਂ ਕਿ ਇਹ ਹਮੇਸ਼ਾ ਇੱਦਾਂ ਹੀ ਰਹੂਗਾ, ਕੱਲ੍ਹ ਨੂੰ ਜਦੋਂ ਬਾਊਂਸ ਬੈਕ ਕਰੇਗੀ ਆਪਣਾ ਇੰਡਸਟਰੀ, ਟਰੈਕਿੰਗ ਇੰਡਸਟਰੀ, ਤਾਂ ਫਿਰ ਉਹ ਹੀ ਦਿਨ ਆ ਜਾਣੀ, ਕਿਉਂਕਿ ਇਹ ਜੇ ਤੁਸੀਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ, ਇਹ ਟਰੈਕਿੰਗ ਇੰਡਸਟਰੀ ਇਜ਼ ਜਸਟ ਲਾਈਕ ਸਟੋਕ ਮਾਰਕੀਟ, ਹੈ ਨਾ, ਜਿੱਦਾਂ ਸਟੋਕ ਮਾਰਕੀਟ 'ਚ ਕਦੀ ਸ਼ੇਅਰ ਉੱਤੇ ਅਤੇ ਕਦੀ ਸ਼ੇਅਰ ਥੱਲੇ, ਕਈ ਟਾਈਮ ਇੱਦਾਂ ਹੁੰਦਾ ਸਾਰੇ ਸ਼ੇਅਰ ਉੱਤੇ 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 ਜਾਈ ਜਾਂਦੇ ਆ, ਇੱਕ ਪੀਰੀਅਡ 'ਤੇ ਆ ਕੇ ਫਿਰ ਉਹ ਸ਼ੇਅਰਸ ਥੱਲੇ ਆਉਣਾ ਸਟਾਰਟ ਹੋ ਜਾਂਦੇ ਆ, ਅਤੇ ਇੱਕ ਟਾਈਮ 'ਤੇ ਆ ਕੇ ਉਹ ਸਟੇਬਲ ਹੋ ਜਾਂਦੇ ਆ, ਅਤੇ ਫਿਰ ਥੋੜ੍ਹੀ ਦੇਰ ਬਾਅਦ ਉਹ ਕਿ ਬੂਮ ਜਿਹਨੂੰ ਜਾਂ ਰਿਕਵਰੀ ਪੀਰੀਅਡ ਜਾਂ ਬੂਮ ਪੀਰੀਅਡ ਕਹਿੰਦੇ ਆ, ਕਿ ਫਿਰ ਉੱਤੇ ਚੱਲ ਜਾਂਦੇ ਆ। ਸੇਮ ਥਿੰਗ ਟਰੈਕਿੰਗ ਦੇ ਵਿੱਚ ਆ, ਇਹ 'ਚ 2 ਸਾਲ ਵਧੀਆ ਲੱਗ ਗਏ, ਹੈ ਨਾ, ਹੁਣ ਉਹ ਸਾਡਾ ਇਹ ਸਾਲ ਸਾਰਾ ਇੱਦਾਂ ਹੀ ਲੰਘੇ, ਹੈ ਨਾ, ਹੁਣ ਆਲਮੋਸਟ 6 ਮਈ 'ਤੇ ਆ ਗਈ, 1.5 ਸਾਲ ਜਾ ਚੁੱਕਾ, ਅਤੇ ਕੋਈ ਮਾਰਕੀਟ ਦੇ ਵਿੱਚ
ਵੀ ਹੁਣ ਅਸੀਂ ਹੋਪ ਤਾਂ ਅਸੀਂ ਕਰਦੇ ਹਾਂ ਕਿ ਨੈਕਸਟ ਵੀਕ ਵਿਲ ਬੀ ਬੈਟਰ ਦੈਨ ਲਾਸਟ ਵੀਕ ਬਟ ਹੋ ਸਕਦਾ ਹੈ ਸਾਰਾ ਸਾਲ ਇੱਦਾਂ ਹੀ ਜਾਏ ਅਤੇ ਹੋਪਫੁਲੀ ਨੈਕਸਟ ਈਅਰ ਫਿਰ ਦੁਬਾਰਾ ਡਿਮਾਂਡ ਵਧੇ ਔਰ ਕੰਮ ਪਹਿਲਾਂ ਵਾਂਗੂ ਹੋਏ ਬਟ ਹੈਵਿੰਗ ਸੈਡ ਦੈਟ ਇਹਦਾ ਮਤਲਬ ਇਹ ਨਹੀਂ ਕਿ ਬਹੁਤ ਹੀ ਔਖਾ ਵਾ ਵੀ ਹੈ ਨਾ ਫਿਰ ਵੀ ਐਵਰੇਜ ਜਿਹੜਾ ਵਰਕਰ ਆ ਤੁਸੀਂ ਉਹ ਤੋਂ ਬਹੁਤ ਵਧੀਆ ਪੈਸੇ ਬਣਾਉਣ ਡੇ ਆ ਅਤੇ ਗੱਲਾਂ ਤਾਂ ਹੋਰ ਵੀ ਬਹੁਤ ਕਵਰ ਕਰਨ ਵਾਲੇ ਸੀ ਪਰ ਇਹ ਵੀਡੀਓ ਇਜ਼ ਆਈ ਥਿੰਕ ਇਟਸ ਗੈਟਿੰਗ ਐਕਸਟ੍ਰੀਮਲੀ ਲੌਂਗ ਅਤੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੋੜ੍ਹੀਆਂ ਜਿਹੀਆਂ ਗੱਲਾਂ ਹੋਰ ਕਵਰ ਕਰਾਂਗੇ ਇਹ ਤਾਂ ਗੱਲ ਹੋ ਗਈ ਹੁਣ ਕਿੰਨੇ ਪੈਸੇ ਬਣਾਉਂਦਾ ਹੈ ਨਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਥੋੜ੍ਹੀ ਜਿਹੀ ਇਹ ਗੱਲ ਕਵਰ ਕਰਾਂਗੇ ਵੀ ਕਿ ਕਿੱਥੋਂ ਲੋਡ ਕਿੰਨੇ ਦਾ ਮਿਲਦਾ ਔਰ ਕਈ ਜਗ੍ਹਾ ਤੋਂ ਲੋਡ ਕਿੰਨੇ ਦਾ ਮਿਲਦਾ ਔਰ ਇਹ ਜਿਹੜੇ ਰੇਟਸ ਨੇ ਇਹ ਕਿੱਦਾਂ ਡਿਸਾਈਡ ਹੁੰਦੇ ਨੇ ਨਹੀਂ ਤਾਂ ਇਹ ਵੀਡੀਓ ਮੈਨੂੰ ਲੱਗਦਾ ਇੱਕ ਘੰਟੇ ਤੋਂ ਉੱਪਰ ਚੱਲ ਜਾਣੀ ਹੈ ਜੇ ਆਪਾਂ ਉਹ ਚੀਜ਼ਾਂ ਇਸ ਵੀਡੀਓ ਦੇ ਵਿੱਚ ਕਵਰ ਕੀਤੀਆਂ ਅਤੇ ਚਲੋ ਵਿਲ ਮੇਕ ਦੈਟ ਨੈਕਸਟ ਟਾਈਮ ਐਂਡ ਸੋਰੀ ਦਿਸ ਵੀਡੀਓ ਗਾਟ ਆਊਟ ਆਫ ਹੈਂਡ ਆਪਾਂ ਥੋੜ੍ਹਾ ਆਫ ਟੋਪਿਕ ਵੀ ਚੱਲ ਗਏ ਔਰ ਵੀਡੀਓ ਬਹੁਤ ਲੰਬੀ ਹੋ ਗਈ ਬਟ ਹੋਪਫੁਲੀ ਦਿਸ ਇਜ਼ ਦਾ ਰਿਐਲਿਟੀ ਹੈ ਨਾ ਇਹ ਜੋ ਮਾਰਕੀਟ 'ਚ ਚੱਲ ਰਿਹਾ ਮੈਂ ਤੁਹਾਨੂੰ ਕੋਈ ਦੱਸ ਰਿਹਾ ਇਹਦਾ ਕੋਈ ਸੋਚੇ ਕਿ ਅਮੈਰੀਕਾ ਵਾ ਅਤੇ ਇੱਥੇ ਸਭ ਕੁਝ ਬਸ ਇਹਨਾਂ ਦੇ ਮਨੀ ਆਉਂਦਾ ਔਨ ਦਾ ਸਟਰੀਟ 'ਚ ਇੱਦਾਂ ਨਹੀਂ ਹੈਗਾ ਇੱਥੇ ਵੀ ਇੱਦਾਂ ਦੇ ਟਾਈਮ ਆਉਂਦੇ ਨੇ ਇਕੋਨਮੀ ਦੇ ਵਿੱਚ ਜਦੋਂ ਥੋੜ੍ਹੀ ਜਿਹੀ ਤੰਗੀ ਆਉਂਦੀ ਹੈ ਬਟ ਓਵਰਆਲ ਫਿਰ ਵੀ ਠੀਕ ਆ ਹੈ ਨਾ ਵੀ ਇਹ ਨਹੀਂ ਕਿ ਤੁਸੀਂ ਵੀ ਤੁਹਾਡੇ ਕੋਲ ਆਪਣੇ ਬਿੱਲਸ ਪੇ ਕਰਨ ਜੋਗੇ ਵੀ ਪੈਸੇ ਨਹੀਂ ਹੈਗੇ ਇੱਦਾਂ ਨਹੀਂ ਹੈਗਾ ਬਟ ਹਾਂ ਥੋੜ੍ਹੀ ਥੋੜ੍ਹੀ ਇਨਕਮ ਥੋੜ੍ਹੀ ਘੱਟੀ ਆ ਬਟ ਇਹ ਓਨਲੀ ਓਨਰ ਓਪਰੇਟਰ ਸਾਈਡ ਦੇ ਆ ਜਿਹੜੇ ਡਰਾਈਵਰਸ ਨੇ ਹੈ ਨਾ ਉਹ ਹਲੇ ਵੀ ਲਾਈਕ ਸੈਡ ਉਹਨਾਂ ਦਾ ਰਿਸਕ ਫੈਕਟਰ ਨਹੀਂ ਹੈਗਾ ਉੱਦਾਂ ਦੀ ਜੇ ਤੁਸੀਂ ਡਰਾਈਵਿੰਗ ਕਰਦੇ ਆ ਅਤੇ ਉਹ ਹਲੇ ਵੀ ਓਨੇ ਪੈਸੇ ਬਣਾ ਰਹੇ ਨੇ ਅਤੇ ਉਸੇ ਹੀ ਹੋ ਸਕਦਾ ਕਿਸੇ ਨੇ ਥੋੜ੍ਹਾ ਬਹੁਤ ਪੇ ਘਟਾ ਦੀ ਹੋਏ ਕੰਮ ਕੱਟਣ ਦੇ ਪਰ ਜ਼ਿਆਦਾਤਰ ਆਈ ਥਿੰਕ ਉਹ ਉਹਨਾਂ ਦਾ ਕੰਮ ਉੱਦਾਂ ਹੀ ਚੱਲਣ ਡਿਆ ਜਿਹੜੇ ਡਰਾਈਵਰ ਨੇ ਬਸ ਇਹ ਇਹ ਜਿਹੜਾ ਜਿਹੜਾ ਇਫੈਕਟ ਪਏ ਆ ਵਾ ਇਹ ਓਨਰ ਓਪਰੇਟਰਸ ਨੂੰ ਜਾਂ ਕੰਪਨੀਜ਼ ਨੂੰ ਪਿਆ ਅਤੇ ਚਲੋ ਆਪਾਂ ਨੈਕਸਟ ਵੀਡੀਓ ਬਣਾਵਾਂਗੇ ਉਹਦੇ ਵਿੱਚ ਆਪਾਂ ਕਵਰ ਕਰਾਂਗੇ ਕਿ ਜਿਹੜੇ ਲੋਡਸ ਨੇ ਉਹ ਕਿਹੜੀ ਸਟੇਟ ਤੋਂ ਕਿੰਨੇ ਦਾ ਮਿਲਦਾ ਔਰ ਕਿਹੜੀ ਸਟੇਟ ਨੂੰ ਜਾਣ ਦਾ ਫਾਇਦਾ ਔਰ ਲੋਡਸ ਦੇ ਰੇਟਸ ਕਿੱਦਾਂ ਡਿਸਾਈਡ ਹੁੰਦੇ ਨੇ ਵੀ ਆਹ ਸਟੇਟ 'ਚ ਇੰਨੇ ਦਾ ਮਿਲਣਾ ਅਤੇ ਆਹ ਸਟੇਟ 'ਚ ਇੰਨੇ ਦਾ ਮਿਲਣਾ ਅਤੇ ਓਕੇ ਜੀ ਟੇਕ ਕੇਅਰ ਟਿਲ ਨੈਕਸਟ ਟਾਈਮ ਐਂਡ